ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਸਜੇ ਹੋਏ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਭ ਸੰਗਤ ਗੱਜ ਕੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ। ਪਿਆਰੇ ਖਾਲਸਾ ਜੀ, ਅੱਜ ਆਪਾਂ ਸ਼ਹੀਦਾਂ ਦੀ ਯਾਦ ਵਿੱਚ ਇੱਥੇ ਇਕੱਤਰ ਹੋਏ ਹਾਂ। ਉਹ ਸ਼ਹੀਦੀ ਦਾ ਕਾਰਨ ਕੀ ਬਣਿਆ? ਮਹਿਤੇ ਦੇ ਵਿੱਚ ਨੌਜਵਾਨਾਂ ਨੂੰ ਆਪਣਾ ਖੂਨ ਡੋਲਣ ਦੀ ਕੀ ਲੋੜ ਪਈ? ਸਤਿਕਾਰਯੋਗ ਸੱਚਖੰਡ ਵਾਸੀ ਸਿੰਘ ਸਾਹਿਬਾਨ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਦਿਆਲ ਸਿੰਘ ਜੀ ਅਜਨੋਹਾ ਸਾਹਿਬ ਅਤੇ ਵਰਤਮਾਨ ਸਮੇਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਜੀ ਟਹੋੜਾ, ਇਹਨਾਂ ਦੇ ਸੰਬੰਧ ਵਿੱਚ ਲਾਲਾ ਜਗਤ ਨਾਰਾਇਣ ਨੇ ਬਹੁਤ ਮੰਦ ਭਾਸ਼ਾ ਦੇ ਸ਼ਬਦ ਵਰਤੇ। ਇੱਥੋਂ ਤੱਕ ਕਿਹਾ ਕਿ ਇਹ ਦੋਵੇਂ ਹੀ ਸਿੰਘ ਸਿੱਖ ਦੇਸ਼ ਦੇ ਗਦਾਰ ਹਨ। ਇਹਨਾਂ ਦਾ ਜੋ ਬਾਹਰ ਦਾ ਪਾਸ ਬਣਿਆ ਹੋਇਆ ਉਹ ਰੱਦ ਕਰ ਦੇਣਾ ਚਾਹੀਦਾ, ਕੈਂਸਲ ਕਰ ਦੇਣਾ ਚਾਹੀਦਾ ਹੈ। ਨੌਜਵਾਨ ਵਿਦਿਆਰਥੀਆਂ ਨੇ, ਜਿਹਨਾਂ ਦੇ ਵਿਸ਼ੇਸ਼ ਤੌਰ 'ਤੇ ਸੱਦੇ ਦੇ, ਅੱਜ ਆਪਾਂ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਪਰਸ ਰਹੇ ਹਾਂ। ਫੈਡਰੇਸ਼ਨ ਦੇ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਜਿਸ ਕਾਗਜ਼ ਦੇ ਉੱਪਰ ਕਾਲੀ ਕਰਤੂਤ ਦਾ ਅੱਖਰ ਉਸਨੇ ਲਿਖਿਆ ਹੋਇਆ ਸੀ, ਉਹਨਾਂ ਅੱਖਰਾਂ ਨੂੰ, ਉਸ ਕਾਗਜ਼ ਨੂੰ ਪਲੀਤ ਜਾਣ ਕੇ ਸਾੜਨਾ ਚਾਹਿਆ। ਉਸ ਸੜੇ ਹੋਏ ਕਾਗਜ਼ ਦੇ ਗੁੱਸੇ ਵਿੱਚ, ਹਕੂਮਤ ਦੇ ਨਸ਼ੇ ਵਿੱਚ ਆ ਕੇ, ਰਾਜ ਦੇ ਗਰੂਰ ਵਿੱਚ ਆ ਕੇ ਇਹਨਾਂ ਵਿਦਿਆਰਥੀਆਂ 'ਤੇ ਕੁੱਟਮਾਰੀ ਵੀ ਹੋਈ, ਮੁਕੱਦਮੇ ਬਣੇ। ਪਰ ਆਪਣੇ ਵੱਲੋਂ ਸਮੁੱਚੇ ਤੌਰ 'ਤੇ ਜਥੇਬੰਦੀ ਦੇ ਰੂਪ ਵਿੱਚ ਕੋਈ ਐਕਸ਼ਨ ਨਹੀਂ ਲਿਆ ਗਿਆ। ਜਾਤੀ ਤੌਰ 'ਤੇ ਕਿਸੇ ਨਾਲ ਮਤਭੇਦ ਹੋ ਸਕਦਾ ਹੈ, ਪਰ ਸਿੱਖਾਂ ਕੋਲ ਇਹ ਦੋ ਮਹਾਨ ਥਾਂ ਹਨ, ਇੱਕ ਗੁਰਦੁਆਰਿਆਂ ਦਾ ਪ੍ਰਬੰਧ ਅਤੇ ਇਸ ਤੋਂ ਪਹਿਲੇ ਨੰਬਰ 'ਤੇ ਸ੍ਰੀ ਅਕਾਲ ਤਖਤ ਸਾਹਿਬ। ਸ੍ਰੀ ਅਕਾਲ ਤਖਤ ਸਾਹਿਬ ਦੇ ਪ੍ਰਮੁੱਖ ਸੇਵਾਦਾਰ ਨੂੰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰਮੁੱਖ ਸੇਵਾਦਾਰ ਨੂੰ, ਧਾਰਮਿਕ ਬਾਡੀ ਦਾ ਜੋ ਹੈ, ਉਹਨੂੰ ਇੱਕ ਦੀਵਾਨੀ ਪੌੜੀ ਦਾ ਲਾਲਾ ਉੱਠ ਕੇ ਇਹ ਗੱਲ ਕਹੇ ਕਿ ਦੇਸ਼ ਦਾ ਗਦਾਰ ਹੈ ਅਤੇ ਸਾਡੇ ਕੰਨ 'ਤੇ ਜੂ ਨਾ ਸਰ ਕੇ ਸਾਨੂੰ ਸਮਝ ਲੈਣਾ ਚਾਹੀਦਾ, ਅਸੀਂ ਜਾਤੀ ਈਰਖਾ 'ਚ ਸੜੇ ਹੋਏ ਹਾਂ। ਸਮਾਂ ਆਇਆ, ਲੰਘਦਾ ਗਿਆ, ਫਿਰ ਖਬਰਾਂ ਆਈਆਂ, ਲਾਲਾ ਜਗਤ ਨਾਰਾਇਣ ਨੇ ਆਪਣੇ ਅਖਬਾਰ ਵਿੱਚ ਲਿਖ ਦਿੱਤਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸ਼ਾਹਜ਼ਾਦਿਆਂ ਦੀ ਤਰ੍ਹਾਂ ਜੀਵਨ ਬਤੀਤ ਕਰਨ ਵਾਲੇ ਹਨ ਅਤੇ ਬੜੇ ਭਾਰੀ ਸ਼ੌਕੀਨ ਹਨ, ਸ਼ੌਂਕੀ ਹਨ। ਫਿਰ ਵੀ ਅਸੀਂ ਸੁੱਤੇ ਰਹੇ ਜਦੋਂ ਉਸਨੇ ਪੁਨਾ ਪੁਨਾ ਮਸਾਲਾ ਲਾ ਲਾ ਕੇ ਗੁਰੂਆਂ ਅਤੇ ਸਿੰਘਾਂ ਨੂੰ ਤੁੰਬਣਾ ਸ਼ੁਰੂ ਕਰ ਦਿੱਤਾ। ਕਿਸੇ ਮਾਜ ਦੇ ਲਾਲ ਤੋਂ ਨਾ ਰਿਹਾ ਗਿਆ, ਉਹਨੂੰ ਗੱਡੀ ਚੜ੍ਹਾ ਦਿੱਤਾ। ਗੱਡੀ ਚੜ੍ਹਾਉਣ ਤੋਂ ਪਿੱਛੋਂ ਇਹ 9 ਤਰੀਕ ਨੂੰ ਚੜ੍ਹਿਆ, 9 ਸਤੰਬਰ ਨੂੰ, ਅਤੇ 12 ਤਰੀਕ ਨੂੰ ਦਾਸ 'ਤੇ ਵਾਰੰਟ ਜਾਰੀ ਹੋਏ। ਦਾਸ ਨੂੰ ਪਤਾ ਲੱਗਾ, ਮੈਂ 5 ਵਜੇ ਅੰਮ੍ਰਿਤ ਵੇਲੇ 14 ਤਰੀਕ ਨੂੰ ਇੱਥੇ ਪਹੁੰਚ ਗਿਆ। ਮਹਿਤੇ ਜ਼ਾਲਮ ਹਕੂਮਤ ਨੇ ਚੰਦੋ ਕਲਾਂ ਵਿੱਚ ਪਹੁੰਚ ਕੇ 2 ਬੱਸਾਂ ਜੋ ਸੰਗਤ ਦੀਆਂ ਸਨ, ਮੇਰੀਆਂ ਨਹੀਂ, ਮੈਂ ਤਾਂ ਘਾ ਖੋਤਦਾ ਆਇਆ ਕਰੋਂ, ਉਹ ਗੁਰੂ ਕੀ ਸੰਗਤ ਨੇ ਬਖਸ਼ਿਸ਼ ਕੀਤੀਆਂ ਸੀ ਪ੍ਰਚਾਰ ਕਰਨ ਵਾਸਤੇ, ਵਿਚਰਨ ਵਾਸਤੇ। ਉਹਨਾਂ 2 ਬੱਸਾਂ ਨੂੰ ਅੱਗ ਲਾ ਕੇ ਸਾੜ ਦਿੱਤਾ, ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਪੋਥੀਆਂ ਵੀ ਸਨ। ਸਿੰਘਾਂ ਨੇ ਯਤਨ ਕੀਤਾ ਕੱਢਣ ਦਾ, ਸਮੇਂ ਦੀ ਮਜਬੂਰੀ ਦੇ ਕਾਰਨ ਨਾ ਕੱਢ ਸਕੇ, ਪੋਥੀਆਂ ਵਿੱਚ ਸਾੜ ਦਿੱਤੀਆਂ। 3 ਲੱਖ ਦਾ ਮਾਲ ਚੰਦੋ ਕਲਾਂ ਪਿੰਡ ਵਿੱਚੋਂ ਲੁੱਟਿਆ ਗਿਆ। ਮਹਿਤੇ 16 ਤਾਰੀਖ ਨੂੰ ਦਾਸ ਨੂੰ ਸ਼ਾਮ ਦੇ 4 ਵਜੇ
ਵਾਰੰਟਾਂ ਦੀ ਰਸੀਦ ਮਿਲਣ ਤੋਂ ਉਸੇ ਵੇਲੇ ਦਾਸ ਨੇ ਐਲਾਨ ਕਰ ਦਿੱਤਾ ਕਿ ਮੈਂ 20 ਸਤੰਬਰ ਨੂੰ ਗ੍ਰਿਫਤਾਰੀ ਦੇਵਾਂਗਾ। ਅੱਖਰ ਵੀ ਕਹੋ, ਟੇਪ ਰਿਕਾਰਡ ਵੀ ਹੋਏ ਹੋਏ ਹਨ। ਉਸ ਵੇਲੇ ਐਲਾਨ ਤੋਂ ਪਿੱਛੋਂ ਸੰਗਤਾਂ ਦੀ ਆਵਾਜਾਈ ਸ਼ੁਰੂ ਹੋ ਗਈ। ਪੁਲਿਸ ਨੇ ਵੀ ਬਾਹਰ ਗੁਰਦੁਆਰਾ ਸਾਹਿਬਾਨ ਦੇ ਉਦਾਲੇ ਉਦਾਲੇ ਸਟੇਨਾਂ ਬਰੇਨਾਂ ਲਾਈਟ ਮਸ਼ੀਨ ਗਨਾਂ ਬੀੜ ਲਈਆਂ। ਸਮੇਂ ਸਮੇਂ ਮੁਤਾਬਕ ਜ਼ਿੰਮੇਵਾਰ ਸੱਜਣ ਵੀ ਪਹੁੰਚੇ, ਦਰਸ਼ਨ ਦਿੱਤੇ ਸਾਰਿਆਂ ਨੇ। 20 ਤਾਰੀਖ ਦਾ ਦਿਨ ਆਇਆ ਜਿਸ ਦਿਨ ਵਿੱਚ ਅੱਜ ਆਪ ਹੁਣ ਇਕੱਤਰ ਹੋਏ ਬੈਠੇ ਹਾਂ। ਉਸ ਦਿਨ ਪਹਿਰਾਵੇ ਦੀ ਕੁਝ ਦਾਸ ਦੀ ਤਬਦੀਲੀ ਸੀ। ਕਈਆਂ ਵੀਰਾਂ ਨੇ ਕਿਸੇ ਢੰਗ ਨਾਲ ਅੱਖਰ ਵਰਤੇ, ਕਈਆਂ ਨੇ ਕਿਸੇ ਨਾਲ। ਆਪੋ ਆਪਣਾ ਖਿਆਲ ਸੀ ਸੱਜਣਾ ਦਾ। ਕੋਈ ਤਾਂ ਕਹਿਣ ਲੱਗਾ ਕਿ ਡਰਦੇ ਨੇ, ਭੇਸ ਬਦਲਿਆ ਕੋਈ ਕਿਸੇ ਤਰੀਕੇ ਨਾਲ। ਦਾਸ ਨੂੰ ਪੁੱਛਿਆ, ਕੀ ਗੱਲ ਹੈ ਅਤੇ ਲਿਬਾਸ ਕਿਉਂ ਤੂੰ ਬਦਲਿਆ ਹੈ? ਮੈਂ ਬੇਨਤੀ ਕੀਤੀ ਸੀ ਕਿ ਜਦੋਂ ਕੋਈ ਮੁੰਡੇ ਨੂੰ ਵਿਆਹਣ ਵਾਸਤੇ ਜਾਵੇ, ਉਹ ਖੱਟਾ ਪਰਨਾ ਅਤੇ ਖੱਟੀ ਪੱਗ ਬੰਨ ਕੇ ਜਾਂਦਾ, ਕੁਦਰਤੀ ਆਪਣੇ ਪੰਜਾਬ 'ਚ ਸਿੱਖਾਂ ਦਾ ਰਿਵਾਜ਼ ਹੈ। ਮੈਂ ਮੌਤ ਰੂਪ ਲਾੜੀ ਨੂੰ ਵਿਆਹਣ ਵਾਸਤੇ ਚੱਲਿਆ ਹੈ। ਜੇ ਪੰਜਾਬ ਦੇ ਮੁੱਖ ਮੰਤਰੀ ਜਕਰੀਏ ਦੇ ਕੋਲ ਅਤੇ ਹਿੰਦੁਸਤਾਨ ਦੀ ਪਟਰਾਣੀ ਇੰਦਰਾ ਦੇ ਕੋਲ ਕੋਈ ਗ੍ਰੰਥੀ ਲਾਵਾਂ ਪੜ੍ਹਨ ਵਾਲਾ ਹੈ ਅਤੇ ਜੇਲ੍ਹ 'ਚ ਜਿੱਥੇ ਮੈਨੂੰ ਰੱਖਣਾ ਹੈ ਲਾਵਾਂ ਪੜ੍ਹਾਉਣੀਆਂ, ਉੱਥੇ ਉਹਨਾਂ ਨੂੰ ਭੇਜ ਦੇਣ ਅਤੇ ਮੈਂ ਤਿਆਰ ਹੋ ਕੇ ਚੱਲਿਆ। ਉਸ ਦਿਨ ਇਦੋਂ ਕਈ ਗੁਣਾ ਇਕੱਠ ਜ਼ਿਆਦਾ ਸੀ। ਸਾਰੇ ਹੀ ਲੀਡਰ ਸਾਹਿਬਾਨ, ਹੋਰ ਵੀ ਜ਼ਿੰਮੇਵਾਰ ਸੱਜਣ ਉੱਥੇ ਪਹੁੰਚੇ ਹੋਏ ਸੀ। ਦੁਪਹਿਰੇ ਤਕਰੀਰ ਕਰਕੇ ਦੁਪਹਿਰਾ ਢੰਗ ਤੋਂ ਪਿੱਛੋਂ ਗ੍ਰਿਫਤਾਰੀ ਦੇ ਦਿੱਤੀ। ਗ੍ਰਿਫਤਾਰੀ ਦੇ ਕੇ ਦਾਸ ਉੱਥੋਂ ਚਲਿਆ ਗਿਆ। ਉੱਥੋਂ ਜਾਣ ਤੋਂ ਕੁਝ ਮਿੰਟ ਪਿੱਛੋਂ ਜ਼ਾਲਮ ਹਕੂਮਤ ਨੇ ਸ਼ਾਂਤ ਮਾਹੌਲ ਨੂੰ ਵਿਗਾੜਨ ਵਾਸਤੇ ਚਿੱਕੜ ਜ਼ਰੂਰ ਸੁੱਟਿਆ ਜਾਂਦਾ ਕਿ ਗਰਮ ਬਹੁਤ ਹੈ, ਚਿੱਕੜ ਜ਼ਰੂਰ ਸੁੱਟਿਆ ਜਾਂਦਾ ਕਿ ਅਰਬ ਬਹੁਤ ਹੈ, ਚਿੱਕੜ ਜ਼ਰੂਰ ਸੁੱਟਿਆ ਜਾਂਦਾ ਕਿ ਕਾਂਗਰਸ ਦਾ ਏਜੰਟ ਹੈ। ਪਰ ਜਦੋਂ ਚਰਖੜੀ 'ਤੇ ਦੰਦੇ 'ਤੇ ਚੜ੍ਹੇ ਹੋਈਏ, ਪਤਾ ਉਦੋਂ ਲੱਗਦਾ ਵਾਹਿਗੁਰੂ ਮੂੰਹੋਂ ਨਿਕਲਦਾ ਗਾਲ ਨਿਕਲਦੀ ਹੈ। ਗੱਲਾਂ ਕਹਿਣੀਆਂ ਬੜੀਆਂ ਸੌਖੀਆਂ। 20 ਸਤੰਬਰ ਨੂੰ ਦਾਸ ਉੱਥੋਂ ਚਲਿਆ ਗਿਆ। ਕਈ ਵੀਰ ਇਹ ਵੀ ਕਹਿੰਦੇ ਆ, ਆਪਣੇ ਕਵੀ ਵੀਰ ਕਵਿਤਾ ਵੀ ਬਣਾਈ ਫਿਰਦੇ ਹੈ। ਮੈਂ ਇੱਕ ਬੜੀ ਨਿਮਰਤਾ ਸਹਿਤ ਕਈ ਵੇਰਾਂ ਬੇਨਤੀ ਕੀਤੀ ਹੈ, ਜਾਂ ਤਾਂ ਸਾਡੇ ਮਨ 'ਚ ਸਤਿਕਾਰ ਘੱਟ ਹੈ ਗੁਰੂ ਦਾ, ਅਤੇ ਜਾਂ ਕੋਈ ਮਨ 'ਤੇ ਪ੍ਰਭਾਵ ਟੇਢਾ ਪਿਆ ਹੈ। ਸਾਰੇ ਕਹਿੰਦੇ ਆ ਕਿ ਜਰਨੈਲ ਸਿੰਘ ਨੇ ਬੜਾ ਕੰਮ ਕੀਤਾ, ਕੌਮ ਨੂੰ ਜਗਾ ਦਿੱਤਾ। ਮੈਂ ਕਵੀ ਜਨਾਂ ਨੂੰ ਬੇਨਤੀ ਕਰਾਂਗਾ, ਮੇਰੇ ਨਾਂ 'ਤੇ ਕਵਿਤਾ ਬਣਾਉਣ ਨਾਲੋਂ ਤੁਹਾਨੂੰ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਕਾਰ ਵਿੱਚ ਬਣਾਉਣੀ ਚਾਹੀਦੀ। ਕਿਉਂ ਬਣਾਉਣੀ ਚਾਹੀਦੀ ਹੈ? ਅੱਜ ਜੇ ਕੌਮ ਜਾਗੀ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 14 ਸਤੰਬਰ ਨੂੰ ਸ਼ਹੀਦੀ ਦੇਣੀ ਚੰਦੋ ਕਲਾਂ ਵਿੱਚ, ਇਹ ਕੌਮ ਦੀ ਜਾਗਰਤਾ ਦੀ ਨਿਸ਼ਾਨੀ ਹੈ। ਗੁਰੂ ਸਾਹਿਬ ਨੇ ਆਪਣੇ ਆਪ ਨੂੰ ਅਗਨ ਭੇਟ ਕੀਤਾ ਹੈ। ਜੇ ਪੋਥੀਆਂ ਅਗਨ ਭੇਟ ਨਾ ਹੋਈਆਂ ਹੁੰਦੀਆਂ, ਸਰੂਪ ਅਗਨ ਭੇਟ ਨਾ ਹੋਇਆ ਹੁੰਦਾ, ਤਾਂ ਮੈਂ ਨਿਸ਼ਚੇ ਨਾਲ ਕਹਿਣ ਨੂੰ ਤਿਆਰ ਹਾਂ, ਸ਼ਾਇਦ ਇੰਨੀ ਜਾਗਰਤਾ ਆਪਣੇ 'ਚ ਨਾ ਹੁੰਦੀ। ਸਤਿਗੁਰੂ ਦੇ ਸਤਿਕਾਰ ਨੂੰ ਕਾਇਮ ਰੱਖਣ ਵਾਸਤੇ ਸਿੰਘਾਂ ਨੇ ਸ਼ਾਂਤਮਈ ਢੰਗ ਨਾਲ ਉੱਥੇ ਖਾਲਸਾ ਜੀ ਪਹੁੰਚ ਕੇ ਸੰਗਤ ਦੀ ਸੇਵਾ ਕੀਤੀ, ਪਰ ਜ਼ਾਲਮ ਹਕੂਮਤ ਨੇ ਗੋਲੀਆਂ ਮਾਰ ਕੇ ਸਿੰਘਾਂ ਨੂੰ ਭੁੰਨ ਦਿੱਤਾ। ਇੱਕ ਬੁੱਟਰਾਂ ਤੋਂ ਸਿੰਘ ਹੈ, ਚੰਨਣ ਸਿੰਘ ਉਹਦਾ ਨਾਮ ਹੈ, ਬਜ਼ੁਰਗ ਦਾ, ਉਹਦਾ ਭਚੰਗੀ 12ਵੀਂ ਜਮਾਤ ਵਿੱਚ ਪੜ੍ਹਦਾ ਸੀ। ਸਾਰੀ ਦਿਹਾੜੀ ਲੰਗਰ ਛਕਾਉਂਦਾ ਰਿਹਾ, ਦੁੱਧ ਛਕਾਉਂਦਾ ਰਿਹਾ ਸੰਗਤ ਨੂੰ, ਅਤੇ ਜਦੋਂ ਜਾਣ ਲੱਗਾ ਥਾਣੇ ਦੇ ਅੱਗੇ ਦੀ ਲੰਘਿਆ, ਟਰਾਲੀ ਵਿੱਚ ਬੈਠੇ ਦੇ ਗੋਲੀ ਮਾਰ ਕੇ ਉਹਨੂੰ ਮਾਰਿਆ। ਅਸੀਂ ਕੂਕਦੇ ਹਾਂ, ਜ਼ਰੂਰ ਠੀਕ ਹੈ ਸਾਡੀ ਹਿੰਦੂ ਸਿੱਖ ਏਕਤਾ, ਅਸੀਂ ਇਕੱਠਿਆਂ ਰਹਿਣਾ। ਤਰਦੇਵ ਪਿੰਡ ਦਾ ਨੌਜਵਾਨ ਮੁੰਡਾ ਕਰਤਾਰ ਸਿੰਘ ਦਾ ਗੋਲੀ ਮਾਰ ਕੇ ਟਰਾਲੀ ਵਿੱਚ ਬੈਠੇ ਨੂੰ ਉਹਨੂੰ ਮਾਰਿਆ। ਇੱਕ ਗੋਲੇਵਾਲ ਦਾ, ਗੋਲੇਵਾਲ ਪਿੰਡ, ਉੱਥੇ ਮਿੱਤੇ ਦੇ ਲਾਗੇ ਇਹ ਸਾਰੇ ਪਿੰਡ, ਉਹਦੇ ਗੋਲੀ ਮਾਰ ਕੇ ਭੁੰਨ ਦਿੱਤਾ। ਸਮਾਂ ਆ ਗਿਆ, ਲਾਸ਼ਾਂ ਅੰਮ੍ਰਿਤਸਰ ਪਹੁੰਚ ਗਈਆਂ। ਮੈਂ ਤਾਂ ਇੱਥੇ ਨਹੀਂ ਸੀ, ਤੁਸੀਂ ਜਿਤਨੇ ਬੈਠੇ ਹੋ ਜ਼ਰੂਰ ਹੋਵੋਗੇ। ਇੰਨਾ ਕੁ ਫਰਕ ਹੋ ਸਕਦਾ ਵੀ ਇੱਥੇ ਨਹੀਂ ਤਾਂ ਮਹਿਤੇ ਗੁਰਦੁਆਰੇ ਹੋਵੋਗੇ, ਬਾਹਰ ਕਿਤੇ ਨਹੀਂ ਹੋਵੋਗੇ, ਉਸੇ ਟਾਈਮ ਦੀ ਗੱਲ ਹੈ। ਲਾਸ਼ਾਂ ਲਿਆਂਦੀਆਂ, ਤੁਹਾਨੂੰ ਪਤਾ ਵੀ ਕਿਵੇਂ ਪੋਸਟਮਾਰਟਮ ਹੋਇਆ, ਕਿਵੇਂ ਉਹ ਲਾਸ਼ਾਂ ਖੁਰਦ ਬੁਰਦ ਗੌਰਮੈਂਟ ਨੇ ਕੀਤੀਆਂ, ਇਹਦੇ ਬਾਰੇ ਮੈਂ ਇਹਦਾ ਦੱਸਣਾ ਠੀਕ ਨਹੀਂ, ਤੁਹਾਡਾ ਜ਼ਿਆਦਾ ਠੱਕ ਦੱਸਣਾ ਯੋਗ ਹੋਵੇਗਾ। ਸਮਾਂ ਲੰਘਦਾ ਗਿਆ, ਦਾਸ ਜੇਲ੍ਹ 'ਚ ਚਲਿਆ ਗਿਆ, ਕੌਮ ਇਕੱਠੀ ਹੋਈ, ਗੁਰੂ ਸਾਹਿਬ ਦੀ ਕਿਰਪਾ ਹੋਈ। ਗੁਰੂ ਦੇ ਲਾਲ ਭਾਈ ਗਜਿੰਦਰ ਸਿੰਘ ਹੋਣਾ ਨੇ ਰੋਸ ਮੁਜ਼ਾਹਰਾ ਕਰਨ ਵਾਸਤੇ ਜਹਾਜ਼ ਅਗਵਾ ਕਰ ਲਿਆ।
ਮੈਂ ਨੌਜਵਾਨਾਂ ਨੂੰ ਇੱਕ ਬੇਨਤੀ ਕਰਾਂਗਾ। ਰਾਤ ਬਾਅਦ ਤੁਸੀਂ ਇਕੱਠ ਕੀਤਾ ਤੇ ਉੱਥੇ ਪੁੱਛਦੇ ਸੀ ਵੀ ਆਪਾਂ ਕੀ ਹੈ ਤੇ ਕੀ ਕਰਨਾ। ਸਾਰੀ ਜ਼ਿੰਮੇਵਾਰੀ ਕਰਨ ਦੀ ਗਾ ਫੈਸਲਾ ਦੇਣ ਦੀ ਤਾਂ ਪੰਥ ਦੇ ਜ਼ਿੰਮੇ ਹੈ, ਪਰ ਮੈਂ ਨਿੱਜੀ ਤੌਰ 'ਤੇ ਆਪਣੀ ਰਾਏ ਜ਼ਰੂਰ ਦੇਵਾਂਗਾ, ਝਿਜਕਾਂਗਾ ਨਹੀਂ। ਮੈਂ ਰਾਤੀ ਨੌਜਵਾਨਾਂ ਨੂੰ ਬੇਨਤੀ ਕੀਤੀ ਸੀ ਕਿ ਤੁਹਾਡਾ ਚਰਨ ਪਹਿਲਾਂ ਇਹ ਬੇਨਤੀ ਕਰਨੀ ਹੈ ਵੀ ਆਪਾਂ ਗੁਲਾਮ ਹੈ। ਜਦੋਂ ਤੱਕ ਹਰ ਸਿੱਖ ਦੇ ਪੁੱਤਰ ਦੇ ਹਿਰਦੇ ਵਿੱਚ ਬਜ਼ੁਰਗ ਦੇ ਮਾਤਾ ਦੇ ਬੀਬੀਆਂ ਦੇ ਇਹ ਗੱਲ ਘਰ ਨਹੀਂ ਕਰ ਜਾਂਦੀ ਕਿ ਅਸੀਂ ਗੁਲਾਮ ਹਾਂ, ਜਿੰਨੀਆਂ ਮਰਜ਼ੀ ਟਾਰਾਂ ਮਾਰ ਲਈਏ, ਜਿੰਨੀਆਂ ਮਰਜ਼ੀ ਗੱਲਾਂ ਕਰ ਲਈਏ, ਨਹੀਂ ਰਾਜ ਮਿਲਣਾ ਅਤੇ ਨਾ ਗੁਲਾਮੀ ਗੋਲੋਂ ਲੈਣੀ ਹੈ। ਗੁਲਾਮੀ ਹਮੇਸ਼ਾ ਉਦੋਂ ਗੋਲੋਂ ਲੈਂਦੀ ਹੈ ਜਦੋਂ ਮਨੁੱਖ ਮਹਿਸੂਸ ਕਰ ਲਵੇ, ਅਹਿਸਾਸ ਕਰ ਲਵੇ ਕਿ ਮੈਂ ਗੁਲਾਮੀ ਦੀ ਜ਼ਿੰਦਗੀ ਨਾਲੋਂ ਮੌਤ ਨੂੰ ਪਸੰਦ ਕਰਦਾ, ਮੈਂ ਜ਼ਿੰਦਗੀ ਰੱਖਣੀ ਚੰਗੀ ਨਹੀਂ ਸਮਝਦਾ, ਉਦੋਂ ਗੁਲਾਮੀ ਗੋਲੋਂ ਲੈਂਦੀ, ਨਹੀਂ ਤਾਂ ਨਹੀਂ ਲੈਂਦੀ। ਗੁਲਾਮ ਕਿਵੇਂ ਹਾਂ ਇਹਦੇ ਸੰਬੰਧ ਟਾਈਮ ਥੋੜ੍ਹਾ ਹੀ ਲਾਵਾਂਗਾ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਚੁੱਕਿਆ, ਬੜੀ ਸਵੇਰ ਦੀ ਸੰਗਤ ਬੈਠੀ ਟੀਕੇ। ਗੁਲਾਮੀ ਦੀਆਂ ਮੁੱਖ ਮੁੱਖ ਨਿਸ਼ਾਨੀਆਂ ਦੱਸਾਂਗਾ, ਬਹੁਤੇ ਵਿਸਤਾਰ ਵਿੱਚ ਨਹੀਂ ਜਾਵਾਂਗਾ। ਅਖਬਾਰ ਤੁਸੀਂ ਪੜ੍ਹਦੇ ਹੋ, ਹਿੰਦੁਸਤਾਨ ਵਿੱਚ ਏਸ਼ਿਆਈ ਖੇਡਾਂ ਦਾ ਹੋਣਾ ਅਤੇ ਲਕੀਰ ਕੱਢ ਕੇ ਸਿੱਖ ਵਾਸਤੇ ਖਰਵਰਤਿਆ ਜਾਣਾ, ਚਾਹੇ ਕਛਹਿਰੇ ਵਾਲਾ, ਚਾਹੇ ਚਾਦਰੇ ਵਾਲਾ, ਚਾਹੇ ਮੋਨਾ ਘੋਨਾ, ਪਰ ਨਾਮ ਸਿੰਘ ਹੋਣਾ ਚਾਹੀਦਾ। ਉਹ ਹਰਿਆਣੇ ਦੀ ਲਕੀਰ ਟੱਪ ਕੇ ਹਰਿਆਣੇ ਵਿੱਚ ਦੀ ਲੰਘ ਕੇ ਦਿੱਲੀ ਨਹੀਂ ਜਾ ਸਕਦਾ, ਟੋਪੀ ਵਾਲਾ ਜਾ ਸਕਦਾ ਹਿੰਦੂ। ਅਮਰੀਕਾ ਵਿੱਚੋਂ ਸਿੱਖ ਆਵੇ, ਹਵਾਈ ਅੱਡੇ ਤੋਂ ਪਿੱਛੇ ਮੋੜਿਆ ਜਾਂਦਾ, ਪਰ ਹਿੰਦੂ ਉਸੇ ਜਹਾਜ਼ ਵਿੱਚ ਆਵੇ ਤਾਂ ਦਿੱਲੀ ਪਹੁੰਚ ਸਕਦਾ। ਇਹ ਗੁਲਾਮੀ ਦੀ ਨਿਸ਼ਾਨੀ ਹੈ। ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਜਿਵੇਂ ਬਲਵੀਰ ਜੀ ਕਹਿ ਕੇ ਗਏ ਨਾ, ਮੁਕੱਦਮੇ ਬਣੇ ਆ, ਅਜੇ ਹੋਰ ਬਣਨੇ ਆ। ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਇਹ ਗੱਲ ਕਹਿ ਦੇਵੇ ਕਿ ਮੈਂ ਅਕਾਲੀਆਂ ਨੂੰ ਕਹਿਣਾ ਚਾਹੁੰਦੀ ਹਾਂ ਜਾਂ ਸਿੱਖਾਂ ਨੂੰ ਕਹਿਣਾ ਚਾਹੁੰਦੀ ਹਾਂ, ਪੰਜਾਬ ਵਾਲਿਆਂ ਨੂੰ, ਤੁਸੀਂ ਮੋਰਚਾ ਲਾਇਆ, ਤੁਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਮੰਗਦੇ ਹੋ, ਬਾਹਰਲੇ ਸਿੱਖਾਂ ਬਾਰੇ ਸੋਚ ਲਿਓ ਕੀ ਬਣੂ। ਕੋਈ ਮੁਕੱਦਮਾ ਦਰਜ ਨਹੀਂ ਕਿਉਂਕਿ ਪੰਡਤਾਂ ਦੇ ਘਰੇ ਜੰਮੀ ਹੈ। ਪਰ ਜੇ ਇਸੇ ਸਟੇਜ ਤੋਂ ਭਿੰਡਰਾਂ ਵਾਲਾ ਇਹ ਗੱਲ ਕਹਿ ਦੇਵੇ ਜਾਂ ਸਮੁੰਦਰੀ ਹਾਲ ਵਿੱਚ ਮੀਟਿੰਗ ਵਿੱਚ ਕਿ ਬੀਬੀ ਇੰਦਰਾ ਦੇ ਰਾਜ ਦੇ ਹਕੂਮਤ ਦੇ ਨਸ਼ੇ ਵਿੱਚ ਆ ਕੇ ਤੇਰੇ ਮਨ 'ਚ ਇੰਨਾ ਹੰਕਾਰ ਹੈ ਕਿ ਤੂੰ ਸਿੱਖਾਂ ਨੂੰ ਚੇਤਾਵਨੀ ਦੇਣਾ ਚਾਹੁੰਦੀ ਹੈ ਵੀ ਸੋਚ ਲਿਓ ਬਾਹਰਾਂ ਬਾਰੇ ਕੀ ਬਣੂ, ਅਤੇ ਤੈਨੂੰ ਵੀ ਚੇਤਾ ਰੱਖਣਾ ਚਾਹੀਦਾ ਸਾਨੂੰ ਵੀਹ ਹਿੰਦੂ ਆਉਂਦੇ, ਇਸ ਤੋਂ ਵੱਧ ਨਹੀਂ। ਸਿੰਘੋ ਜਕਾਰਾ ਨਹੀਂ ਛੱਡਣਾ। ਮੈਂ ਜਕਾਰੇ ਵਾਲੇ ਸੱਜਣਾਂ ਨੂੰ ਬੇਨਤੀ ਕਰਾਂਗਾ, ਇਹਦੇ 'ਚ ਮਿਲਦਾ ਕੀ ਹੈ? ਜਕਾਰੇ ਮਗਰੋਂ ਛੱਡ ਦੇ ਉੱਠਾਂਗੇ, ਪਹਿਲਾਂ ਸੁਣ ਲਓ ਸਾਰੀ। ਹਾਂ, ਗੁਲਾਮ ਛੱਡੀ ਜਾਂਦੇ ਜਕਾਰੇ, ਪਹਿਲਾਂ ਆਜ਼ਾਦ ਹੋਵੋ, ਇਹ ਰਸ ਦੇ ਵਿੱਚ ਫਰਕ ਨਾ ਪਾਓ, ਸੁਣਨ ਦੀ ਕੋਸ਼ਿਸ਼ ਕਰੋ ਵੀ ਗੁਲਾਮ ਕਿਵੇਂ ਹੈ। ਮੈਂ ਇਕੱਲੀਆਂ ਗੁੱਸੇ ਵਿੱਚ ਆ ਕੇ ਗੱਲਾਂ ਨਹੀਂ ਕੀਤੀਆਂ, ਮੇਰੇ 'ਤੇ ਦੋਸ਼ ਵੀ ਲੱਗੇ ਇਹਨਾਂ ਗੱਲਾਂ ਦੇ, ਗਰਮ ਬੋਲਦਾ, ਦੇਸ਼ 'ਚ ਪੁਆੜਾ ਪਾਉਣਾ ਚਾਹੁੰਦਾ, ਨੌ ਮਾਸ ਦਾ ਰਿਸ਼ਤਾ ਤੋੜਨਾ ਚਾਹੁੰਦਾ, ਪਰ ਮੈਂ ਤੁਹਾਡੇ ਕੋਲੋਂ ਅੱਜ ਪੁੱਛਣਾ ਵੀ ਆਪਣਾ ਰਿਸ਼ਤਾ ਕੀ ਹੈ। ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਦੇਸ਼ ਦੀ ਮੇਰੇ ਨਾਲੋਂ ਜ਼ਿਆਦਾ ਕਿ ਘੱਟ ਹੈ? ਮੈਂ ਇੱਕ ਮਾਮੂਲੀ ਸਿੱਖਾਂ ਦਾ ਸੇਵਾਦਾਰ ਹਾਂ, ਉਹ ਤੁਹਾਡੀਆਂ ਵੋਟਾਂ ਲੈ ਕੇ ਬਣੀ, ਮੈਂ ਤੁਹਾਡੀ ਕਿਸੇ ਦੀ ਵੋਟ ਲੈ ਕੇ ਸੰਤ ਨਹੀਂ ਬਣਿਆ। ਮੈਂ ਉਸ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕਿਰਪਾ ਦਾ ਸਦਕਾ, ਸੱਚਖੰਡ ਵਾਸੀ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਦੀ ਮਿਹਰ ਦਾ ਸਦਕਾ, ਉਹਨਾਂ ਦਾ ਸਦਕਾ ਇਸ ਸਟੇਜ 'ਤੇ ਆਇਆ ਮੈਂ। ਉਹ ਹਿੰਦੁਸਤਾਨ ਦੀ ਜਨਤਾ ਦੀਆਂ ਵੋਟਾਂ ਲੈ ਕੇ ਬਣੀ, ਅਤੇ ਜੇ ਉਹ ਕਹਿੰਦੀ ਆ ਪੱਗ ਅਤੇ ਚੁੰਨੀ ਵਾਲੀਆਂ ਸਿੱਖਾਂ ਦੀਆਂ ਕੌਰਨਾਂ ਵਾਲੀਆਂ ਬੀਬੀਆਂ, ਇਹਨਾਂ ਬਾਰੇ ਪ੍ਰਧਾਨ ਅਤੇ ਲੀਡਰ ਸੋਚ ਲੈਣ, ਅਤੇ ਆਪਾਂ ਖੁਸਰੇ ਤਾਂ ਹਾਂ ਨਹੀਂ ਵੀ ਉੱਤਰ ਨਹੀਂ ਦੇਣਾ। ਦੁਨੀਆਂ ਦੇ ਕਿਸੇ ਰੇਗੁਰ ਨੂੰ ਕਿਸੇ ਕਿਤਾਬ ਵਿੱਚ, ਕਿਸੇ ਹਿਸਟਰੀ ਵਿੱਚ, ਕਿਸੇ ਲਿਖਤ ਵਿੱਚ ਪੜ੍ਹੇ ਲਿਖੇ ਫਿਲਾਸਫਰ ਸੱਜਣ ਤੋਂ, ਪਰ ਕਿਸੇ ਰੇਗੁਰ ਦੇ ਨਾਂ ਨਾਲ ਮੈਨੂੰ ਮਰਦ ਅੱਖਰ ਵਿਖਾ ਦਿਓ ਕਿੱਥੇ ਲਿਖਿਆ। ਮਰਦ ਲਿਖਿਆ ਤਾਂ ਇੱਕੋ ਇੱਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਾਰੇ ਲਿਖਿਆ, ਵਹਿ ਪ੍ਰਗਟਿਓ ਮਰਦ ਅਗੰਬੜਾ, ਮਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਅਤੇ ਜਿਹੜਾ ਮੁੰਡਾ ਪਿਓ ਵਰਗਾ ਨਾ ਹੋਵੇ ਉਹਨੂੰ ਭਲਾ ਕਹੀਦਾ ਕੀ ਹੈ, ਉਹ ਤੁਸੀਂ ਮਗਰੋਂ ਹਿਸਾਬ ਕਿਤਾਬ ਕਰ ਲਿਓ। ਜਿਹੜਾ ਮੁੰਡਾ ਬਾਪੂ ਆਪਦੇ ਨਾਲ ਨਾ ਰਲੇ, ਲੋਕ ਸ਼ੱਕ ਕਰਦੇ ਹੈ, ਪਿਤਾ ਹੋਵੇ ਗੁਰੂ ਗੋਬਿੰਦ ਸਿੰਘ ਸਾਹਿਬ, ਉਹਨੂੰ ਟੁੰਬਿਆ ਜਾਵੇ, ਤਰਕਾਂ ਮਾਰੀਆਂ ਜਾਣ, ਨਫ਼ਰਤ ਦੇ ਬਚਨ ਕਹਿ ਜਾਣ, ਤੁਸੀਂ ਸਾਡੇ 'ਚੋਂ ਜੰਮੇ ਆ, ਸਾਡੇ 'ਚੋਂ ਜੰਮੇ ਆ ਬਾਹਮਣ ਹੋ, ਅਤੇ ਆਪਣਾ ਪਿਤਾ ਵੰਗਾਰ ਕੇ ਕਹਿੰਦਾ ਗਲਤ ਕਲਨ ਕਰ ਬਾਹਮਣ, ਛੱਤਰੀ ਕੋ ਪੂਤ ਹੋ ਬ੍ਰਾਹਮਣ ਕੋ ਨਾ ਹੈ। ਉਹ ਵੀ ਕਿੱਸਾ ਧਾਰੀ ਹਿੰਦੂ ਮੱਲੋ ਮੱਲੀ ਬਣਾਉਣਾ ਚਾਹੁੰਦਾ ਦਸਵੇਂ ਪਾਤਸ਼ਾਹ ਨੂੰ, ਮਹਾਰਾਜ ਕਹਿੰਦੇ ਬਿਲਕੁਲ ਇਹ ਗੱਲ ਨਹੀਂ ਹੋਵੇਗੀ। ਜੇ ਤਾਂ ਮੈਂ ਕਹਿ ਦਾ ਵੀਹ ਦੀ ਗਿਣਤੀ ਆ ਸਾਨੂੰ,
ਤੇ ਮੁਕਾਦਮਾ 500 ਤੇ 6 ਧਾਰਾ ਅਧੀਨ ਦਰਜ ਹੁੰਦਾ ਹੈ, ਉਹਦੇ 'ਤੇ ਨਹੀਂ ਕਿਉਂਕਿ ਪੰਡਿਤਾਂ ਦੇ ਘਰੇ ਜੰਮੀ ਹੈ। ਜੇ ਹਿੰਦੁਸਤਾਨ ਦਾ ਗ੍ਰਹਿ ਮੰਤਰੀ ਕਹਿ ਦੇਵੇ ਕਿ ਕੱਢ ਲਓ 8 ਦਿਨਾਂ ਦੇ ਵਿੱਚ ਭਿੰਡਰਾਂ ਵਾਲੇ ਨੂੰ ਗੁਰੂ ਨਾਨਕ ਨਿਵਾਸ ਵਿੱਚੋਂ, ਬਾਹਮਣ ਦੇ ਘਰੇ ਜੰਮਿਆ ਅਤੇ ਮੁਕੱਦਮਾ ਕੋਈ ਦਰਜ ਨਹੀਂ, ਤੇਰੇ ਭਿੰਡਰਾਂ ਵਾਲਾ ਇੱਥੋਂ ਸਟੇਜ ਤੋਂ ਤੇਰਾ ਕੋਈ ਲੀਡਰ ਕਹਿ ਦੇਵੇ ਤੈਨੂੰ ਚਬਾਵਾਂਗੇ ਲੋਹੇ ਦੇ ਚਣੇ, ਵੰਗਾਂ ਨਹੀਂ ਪਾਈਆਂ, ਆ ਜੀ ਤਿਆਰ ਹੋ ਕੇ, ਤਾਂ ਮੁਕੱਦਮਾ ਦਰਜ ਹੈ। ਜੇ ਭੱਟਾਚਾਰੀਆ ਹਿੰਦੂਆਂ ਦੇ ਘਰੇ ਜੰਮਿਆ, ਅਦਾਲਤ ਨਿਆਂ ਕਰ ਰਹੀ ਆ ਲੁਧਿਆਣੇ, ਮੁਕੱਦਮਾ ਚੱਲ ਰਿਹਾ ਅਤੇ ਭੱਟਾਚਾਰੀਆ ਪਾਰਲੀਮੈਂਟ ਵਿੱਚ ਬਿਆਨ ਦੇ ਰਿਹਾ ਕਿ ਨਛੱਤਰ ਸਿੰਘ ਨੂੰ ਫਾਂਸੀ ਲੱਗਣੀ ਚਾਹੀਦੀ ਸੀ, ਉਹਦੇ 'ਤੇ ਮੁਕੱਦਮਾ ਕੋਈ ਦਰਜ ਨਹੀਂ। ਜੇ ਸਵਾਮੀ ਦਿੱਤੀਆ ਦੇਸ਼ ਹਰਿਆਣੇ ਦੇ ਰਹਿਣ ਵਾਲਾ ਹਿੰਦੂ, ਉਹ ਕਹਿ ਦੇਵੇ ਚੁੱਕੋ ਕਛਹਿਰਾ ਪਰਨਾ ਅਤੇ ਨਿਕਲ ਜਾਓ ਸਿਖੜੇ ਸਾਰੇ ਇੱਥੋਂ, ਤੁਹਾਡਾ ਕੋਈ ਕੰਮ ਨਹੀਂ, ਕੋਈ ਮੁਕੱਦਮਾ ਦਰਜ ਨਹੀਂ। ਜੇ ਪੰਜਾਬ ਦਾ ਵਿੱਤ ਮੰਤਰੀ ਕੇਵਲ ਕ੍ਰਿਸ਼ਨ ਬਾਹਮਣਾਂ ਦੇ ਘਰੇ ਜੰਮਿਆ, ਉਹ ਕਹਿ ਦੇਵੇ ਕਿ ਸਾਰੀਆਂ ਸੰਪਰਦਾਵਾਂ ਖਤਮ ਕਰ ਦੇਣੀਆਂ, ਅੱਜ ਤੋਂ 6 ਮਹੀਨੇ ਪਹਿਲਾਂ ਦੀ ਖਬਰ ਹੈ, ਅਕਾਲੀ ਪੱਤਰਕਾਰ 'ਚ ਮੈਂ ਆਪ ਖੁਦ ਪੜ੍ਹੀ ਹੈ, ਸਾਰੀਆਂ ਸੰਪਰਦਾਵਾਂ ਖਤਮ ਕਰ ਦੇਣੀਆਂ, ਕੋਈ ਮੁਕੱਦਮਾ ਦਰਜ ਨਹੀਂ। ਜੇ ਕਿਹਾ ਜਾਵੇ ਸਿੱਖਾਂ ਨੂੰ ਕੁਚਲ ਦਿਆਂਗੇ, ਦਲ ਦਿਆਂਗੇ, ਮਰ ਦਿਆਂਗੇ, ਕੋਈ ਮੁਕੱਦਮਾ ਦਰਜ ਨਹੀਂ। ਜੇ ਹਰਬੰਸ ਲਾਲ ਖੰਨਾ ਇੱਥੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਵਿੱਚ ਇਹ ਗੱਲ ਕਹਿ ਦੇਵੇ ਕਿ ਦੁੱਕੀ ਤਿੱਕੀ ਖੈਣ ਨਹੀਂ ਦੇਣੀ, ਸਿਰ 'ਤੇ ਪਗੜੀ ਰਹਿਣ ਨਹੀਂ ਦੇਣੀ, ਕੱਛ ਕੜਾ ਕਿਰਪਾਨ ਇਹਨੂੰ ਭੇਜੋ ਪਾਕਿਸਤਾਨ, ਕੋਈ ਮੁਕੱਦਮਾ ਦਰਜ ਨਹੀਂ। 80,000 ਦੀ ਜੀਪ ਦਿੱਤੀ 5 ਪਿਆਰਿਆਂ ਵਾਸਤੇ ਇੱਕ ਸਿੱਖ ਨੇ, 17 ਜੁਲਾਈ ਨੂੰ ਪਿਛਲੇ ਸਾਲ ਉਹ ਫੜੀ ਪੁਲਿਸ ਨੇ, ਉਹਦੇ ਸੰਬੰਧ ਵਿੱਚ ਜਿਹੜੇ ਸਿੰਘ ਫੜੇ ਸੀ, ਜੰਗੀਰ ਸਿੰਘ, ਅਜਾਇਬ ਸਿੰਘ, ਮੰਗਲ ਸਿੰਘ, ਅਮਰੀਕ ਸਿੰਘ ਅਤੇ ਥਾਰਾ ਸਿੰਘ, ਉਹ ਸਿੰਘ ਅੱਜ ਸਟੇਜ 'ਤੇ ਬੈਠਿਆ ਜੀਪ ਥਾਣੇ 'ਚ। 3 ਲੱਖ ਦੀ ਬੱਸ ਦਿੱਤੀ ਸੰਗਤ ਨੇ ਪ੍ਰਚਾਰ ਵਾਸਤੇ, ਮੇਰੇ ਸਤਿਕਾਰਯੋਗ ਮੇਰੇ ਪਿਤਾ ਸਿਧਾਰਥ ਮਹਾਂਪੁਰਖ ਬ੍ਰਹਮ ਗਿਆਨੀ ਸਾਨੂੰ ਨੌਜਵਾਨੀ ਉਮਰ ਦੇ ਵਿੱਚ ਉਹ ਵਿਛੋੜਾ ਦੇ ਗਏ, ਪਰਾਲਬਧ ਦੇ ਮੁਤਾਬਕ ਉਹਨਾਂ ਦੀ ਬਜ਼ੁਰਗ ਮਾਤਾ ਮਾਤਾ ਲਾਭ ਕੌਰ ਜੀ, ਉਹਨੂੰ ਅਸੀਂ ਲੈਣ ਜਾਈਏ ਝੀਂਡ ਵਾਲੇ ਮੁਕਤਸਰ ਤੋਂ, ਅਤੇ ਜ਼ਾਲਮ ਹਕੂਮਤ ਉਹ ਨਵੀਂ ਬੱਸ ਨੂੰ ਪਕੜ ਕੇ ਅਤੇ ਮੁਕਤਸਰ ਤੋਂ ਲਿਆ ਕੇ ਖਾਲਸਾ ਜੀ ਸਾਲ ਕੁ ਥਾਣੇ 'ਚ ਖੜੀ ਕਰ ਦੇਵੇ। ਹੁਣ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ, ਜਿਹੜੇ ਕਹਿੰਦੇ ਜੀ ਇਹ ਗਲਤ ਬੋਲਦਾ, ਜੀ ਇਹ ਗਰਮ ਬੋਲਦਾ, ਇੰਨਾ ਵਾਧਾ ਹੋਣ ਤੋਂ ਪਿੱਛੋਂ ਕਿਹਾ ਸੀ ਵੀ ਜੇ ਸਾਡੀ ਬੱਸ 5 ਵਜੇ ਨੂੰ ਨਾ ਛੱਡੀ ਤਾਂ 5,000 ਹਿੰਦੂਆਂ ਨੂੰ 1 ਘੰਟੇ 'ਚ ਵੱਢਾਂਗਾ। ਹੁਣ ਇੰਨਾ ਨੁਕਸਾਨ ਹੋਣ ਤੋਂ ਪਿੱਛੋਂ ਫਿਰ ਕਿਉਂ ਅੱਖਰ ਹਿੰਦੂ ਵਰਤਿਆ? ਕਈ ਕਹਿੰਦੇ ਜੀ ਸੰਤਾਂ ਦੇ ਮੂੰਹੋਂ ਹਿੰਦੂ ਫਬਦਾ ਨਹੀਂ। ਮੈਂ ਕਿਹਨੂੰ ਸਰਟੀਫਿਕੇਟ ਦਿੱਤਾ ਜੀ ਮੈਂ ਸੰਤ ਹੈ? ਕਿਸੇ ਬੰਦੇ ਨੂੰ ਲਿਖ ਕੇ ਦਿੱਤਾ ਮੈਂ ਸੰਤ ਹੈ? ਮੈਂ ਤਾਂ ਜਰਨੈਲ ਸਿੰਘ ਅਤੇ ਖਾਲਸਾ ਖਾਲਸਾ। ਹਿੰਦੂ ਅੱਖਰ ਕਿਉਂ ਵਰਤਿਆ? ਹਿੰਦੂਆਂ ਨਾਲ ਉਸ ਤਰ੍ਹਾਂ ਮੇਰਾ ਵੈਰ ਨਹੀਂ, ਵੈਰ ਹੁੰਦਾ ਤਾਂ ਮੈਂ ਹਿੰਦੂ ਦੀ ਕੁੜੀ ਨਾਲ ਛੜਾ ਕੇ ਦਿੰਦਾ ਜਲਾਲਾਬਾਦ ਤੋਂ। ਹੁਕਮ ਚੰਦ ਹਿੰਦੂ ਦੀ ਲੜਕੀ ਹਿੰਦੂ ਚੁੱਕ ਕੇ ਲੈ ਗਿਆ ਜ਼ਬਰਦਸਤੀ, ਨੌਜਵਾਨ ਮੁੰਡਾ 10,000 ਦੇ ਇਕੱਠ ਵਿੱਚ ਆਣ ਕੇ ਸਟੇਜ 'ਤੇ ਚੀਕਾਂ ਮਾਰ ਕੇ ਰੋਇਆ, ਸੰਤ ਜੀ ਤੁਸੀਂ ਦਮਦਮੀ ਟਕਸਾਲ ਦੇ ਸੇਵਾਦਾਰ ਹੋ, ਪੁਰਾਤਨ ਸਮੇਂ 'ਚ ਸਿੱਖ ਹਿੰਦੂਆਂ ਦੀਆਂ ਲੜਕੀਆਂ ਛਡਾਉਂਦੇ ਰਹੇ ਹੈ, ਮੇਰੀ ਨੌਜਵਾਨ ਕੁਆਰੀ ਲੜਕੀ ਨੂੰ ਹਿੰਦੂ ਚੁੱਕ ਕੇ ਲੈ ਗਿਆ, ਜੇ ਮੇਰੇ ਮਨ 'ਚ ਵਿਤਕਰਾ ਹੁੰਦਾ ਮੈਂ ਉਹਨੂੰ ਕਹਿੰਦਾ ਸਟੇਜ ਤੋੜ ਜਾ ਕੇ ਹਿੰਦੂਆਂ ਨੂੰ ਕਹਿ ਦੇ, ਪਰ ਨਹੀਂ, ਗੁਰੂ ਕਾ ਸਿੱਖ ਦਾ ਫਰਜ਼ ਆ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਇਹਦੇ 'ਤੇ ਚੱਲਿਆ। ਉਹਨੂੰ ਕਿਹਾ ਕਿ ਮੈਂ 12 ਵਜੇ ਬੋਲ ਰਿਹਾ ਸਟੇਜ 'ਤੇ ਜਲਾਲਾਬਾਦ ਜਿਹੜਾ ਫਾਜ਼ਿਲਕਾ ਦੇ ਕੋਲ ਹੈ, ਉਹਨੂੰ ਕਿਹਾ 5 ਵਜੇ ਦਿਨ ਤੇਰੀ ਲੜਕੀ ਘਰੇ ਆ ਗਈ, ਪਰ ਗੱਲ ਠੀਕ ਹੋਈ ਤੇ ਹੋਰ ਰੌਲਾ ਨਾ ਕੋਈ ਹੋਇਆ। ਮਹਿੰਦਰ ਸਿੰਘ ਸਾਂਝਾਵਾਲੀ ਦਾਸ ਨੇ ਡਿਊਟੀ ਲਾਈ, ਖਾਲਸਾ ਜੀ 4:45 ਨੂੰ ਉਹ ਲੜਕੀ ਲਿਆ ਕੇ ਹਿੰਦੂ ਦੇ ਘਰੇ ਦਿੱਤੀ। ਕੈਲਾਸ ਚੰਦਰ ਕਰਿਆਣਾ ਦੁਕਾਨ ਵਾਲਾ ਇੱਥੇ, ਉਹਦੀ ਦੁਕਾਨ ਨੂੰ ਅੱਗ ਲੱਗ ਗਈ, ਕਰਿਆਨੇ ਯੂਨੀਅਨ ਨੇ ਕਿਹਾ ਕਿ ਭਿੰਡਰਾਂ ਵਾਲੇ ਦਾ ਨਾਂ ਲੈ ਦੇ, ਉਹਨੇ ਨਹੀਂ ਲਿਆ। 2 ਸਿੱਖ ਅਤੇ 1 ਹਿੰਦੂ ਤਿੰਨੇ ਮੇਰੇ ਕੋਲ ਕਮਰੇ 'ਚ ਆਏ, ਆ ਕੇ ਰੋ ਪਿਆ, ਮੈਂ ਕੀ ਗੱਲ ਆ ਰੋਣਾ ਕਿਉਂ ਹੈ? ਕਹਿਣ ਲੱਗਾ ਜੀ ਮੇਰੀ ਦੁਕਾਨ ਸੜ ਗਈ, ਮੈਂ ਦੱਸ ਕੀ ਚਾਹੁੰਦਾ? ਕਹਿੰਦਾ ਜੇ ਤੁਸੀਂ 100 ਰੁਪਈਆ ਦੇ ਦਿਓ ਤਾਂ ਮੈਨੂੰ ਬਹਾਨਾ ਮਿਲ ਜੂਗਾ ਗ੍ਰਾਹੀ ਕਰਨ ਦਾ। ਉਹਨੂੰ 500 ਰੁਪਈਆ ਦਿੱਤਾ। ਰਮੈਣ ਨੂੰ ਅੱਗ ਲੱਗੀ ਕਪੂਰਥਲੇ, ਉੱਥੋਂ ਦੇ ਲੀਡਰਾਂ ਨੂੰ ਵੀ ਪਤਾ, 5,000 ਰੁਪਈਆ ਉਹਦੇ ਮੁਕੱਦਮੇ 'ਤੇ ਖਰਚਾ ਜੱਥੇ ਨੇ। 2 ਹਿੰਦੂ 4 ਤਰੀਕ ਨੂੰ ਸ਼ਹੀਦ ਹੋ ਗਏ ਰਾਹ ਰੋਕੂ ਕੰਮ ਵਿੱਚ,
10,000 ਰੁਪਿਆ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੇ ਦਿੱਤਾ, 5,000 ਜਥੇ ਨੇ ਦਿੱਤਾ। ਤੇ ਜੇ ਸਾਰਿਆਂ ਨਾਲ ਹਿੰਦੂਆਂ ਨਾਲ ਵੈਰ ਹੋਵੇ ਤੇ ਮੈਨੂੰ ਕੀ ਲੋੜ ਸੀ ਉਹਨਾਂ ਨੂੰ ਪੈਸੇ ਦੇਣ ਦੀ? ਸਾਰੇ ਹਿੰਦੁਸਤਾਨ ਦੀ 60 ਕਰੋੜ ਦੀ ਗਿਣਤੀ ਹਿੰਦੂਆਂ ਵਿੱਚੋਂ ਕੋਈ ਮਾਈ ਦਾ ਲਾਲ ਇੱਥੇ ਜੇ ਹਿੰਦੂ ਹੋਵੇ ਤੇਰਾ ਸਿੱਖ ਜਿਹੜੇ ਕਹਿੰਦੇ ਸਾਡਾ ਫਰਕ ਪਾਉਂਦਾ, ਬਾਂਹ ਖੜੀ ਕਰਕੇ ਕਹੋ ਕਿਸੇ ਹਿੰਦੁਸਤਾਨ ਦੇ ਇੱਕ ਹਿੰਦੂ ਨੇ ਨਵੀਂ 25 ਸਿੱਖ ਸ਼ਹੀਦਾਂ ਦੇ ਪਰਿਵਾਰਾਂ ਨੂੰ ਘਰ ਜਾ ਕੇ ਦਿੱਤੀ ਹੈ। ਕਾਲਾ ਰਸਤਾ ਸਾਡਾ ਹਿੰਦੂ ਅੱਖਰ ਕਿਉਂ ਵਰਤਿਆ? ਗੁੱਸੇ ਵਿੱਚ ਨਹੀਂ ਵਰਤਿਆ, ਦਲੀਲ ਦੇ ਕੇ ਕੈਲ ਕਰਾਂਗਾ। 200 ਦੇ ਲਗਭਗ ਸਿੰਘ ਸ਼ਹੀਦ ਹੋ ਗਏ ਹੈ, ਥੋੜ੍ਹੇ ਘੱਟ ਹੈ। ਤੁਸੀਂ ਦੱਸੋ ਗੌਰਮੈਂਟ ਦਾ ਕੋਈ ਚੌਕੀਦਾਰ ਤੁਹਾਡੀ ਇਨਕੁਆਇਰੀ 'ਤੇ ਆਇਆ? ਮੈਂ ਇੱਥੇ ਇਨਕੁਆਇਰੀ ਕਰਨੀ ਸੀ, ਪ੍ਰਧਾਨ ਨੇ ਬਿਆਨ ਦਿੱਤਾ, ਪਤਾ ਨਹੀਂ ਮਹੀਨੇ ਕਿ 2 ਮਹੀਨੇ ਪਿੱਛੋਂ ਦਾ ਹੁਕਮ ਹੋਇਆ ਜਾਂਚ ਦਾ। ਜੇ ਉਹ ਹੁਕਮ ਹੋ ਗਿਆ 3 ਮਹੀਨੇ ਮਨਜ਼ੂਰ ਹੋਈ ਨੂੰ ਹੋ ਗਿਆ, ਫੈਸਲਾ ਹੋ ਗਿਆ, ਉਹ ਰਿਲੀਜ਼ ਨਹੀਂ ਕਰ ਦੇਗਾ ਕਿਉਂਕਿ ਪੁਲਿਸ ਦੇ ਉਲਟ ਜਾਂਦੀ ਹੈ। ਲਾਲਾ ਬੁੱਢਾ ਮਰ ਗਿਆ 80 ਸਾਲ ਦਾ, 9 ਤਰੀਕ ਨੂੰ ਮਰਿਆ, 12 ਨੂੰ ਮੇਰੇ 3 ਦਿਨਾਂ ਵਿੱਚੋਂ ਵਾਰੰਟ ਜਾਰੀ ਹੋ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਸਰੂਪ ਨੂੰ ਅੱਗ ਲੱਗੀ ਨੂੰ 2 ਸਾਲ ਤੋਂ ਉੱਪਰ ਹੋ ਗਿਆ ਅੱਜ ਦਿਨ, ਹੁਣ ਤੱਕ ਇਨਕੁਆਇਰੀ ਠੱਪ ਹੈ, ਕਿੰਨਾ ਚਿਰ ਰੱਖਾਂਗੇ? ਹਿੰਦੂ ਅੱਖਰ ਕਿਉਂ ਵਰਤਿਆ? 200 ਦੇ ਲਗਭਗ ਸਿੰਘ ਸ਼ਹੀਦ ਹੋ ਗਏ ਹੈ, ਦੱਸੋ ਹਿੰਦੁਸਤਾਨ ਦੀ ਗੌਰਮੈਂਟ ਦਾ ਚੌਕੀਦਾਰ ਤੁਹਾਡੇ ਕੋਲ ਆਇਆ ਕਿਸੇ ਕੋਲ? ਪਰ ਉਹ ਵੀ ਪੁਲਿਸ ਨਾਲ ਮਰੇ ਆਪਣੇ। ਅਸ਼ੋਕ ਕੁਮਾਰ ਹਿੰਦੂ ਦਾ ਪੁੱਤਰ ਪੁਲਿਸ ਦੀ ਗੋਲੀ ਨਾਲ ਮਰ ਗਿਆ ਪਟਿਆਲੇ। ਗ੍ਰਹਿ ਮੰਤਰੀ ਵੀ ਭੱਜਿਆ ਆਇਆ, ਚਤੁਰਵੇਦੀ ਵੀ ਭੱਜਿਆ ਆਇਆ, ਤੇ ਇੰਦਰਾ ਰਾਣੀ ਵੀ ਭੱਜੀ ਆਈ। ਜੇ ਉਹਨੂੰ 60 ਕਰੋੜ ਦੀ ਗਿਣਤੀ ਵਿੱਚੋਂ 1 ਮਰੇ ਦਾ ਦਰਦ ਹੈ ਤੇ 2 ਕਰੋੜ ਦੀ ਗਿਣਤੀ ਵਿੱਚੋਂ 200 ਮਰੇ ਦਾ ਕੋਈ ਦਰਦ ਨਹੀਂ, ਫਿਰ ਹੱਥ ਉੱਥੇ ਲਾਉਣਾ ਚਾਹੀਦਾ ਜਿੱਥੇ ਪੀੜ ਲੱਗਦੀ ਕਿ ਜਿੱਥੇ ਪਤਾ ਹੀ ਨਹੀਂ ਲੱਗਿਆ ਉੱਥੇ ਲਾਉਣਾ ਚਾਹੀਦਾ। ਇਹ ਤਾਂ ਆਖਿਰ 5,000 ਹਿੰਦੂ ਦਾ ਵਰਤਿਆ ਸੀ, ਹੁਣ ਤੁਸੀਂ ਦੱਸੋ ਵੀ ਮੈਨੂੰ ਇਹ ਵਰਤਣਾ ਚਾਹੀਦਾ ਸੀ ਕਿ ਨਹੀਂ ਚਾਹੀਦਾ ਸੀ? ਤੁਸੀਂ ਫੈਸਲਾ ਦੇ ਦਿਓ ਸੰਗਤ ਗੁਰੂ ਜੀ। ਅਤੇ ਫਿਰ ਇਹ ਕਿਉਂ ਕਹਿੰਦੇ ਵੀ ਭਿੰਡਰਾਂਵਾਲਾ ਗਰਮ ਬੋਲਦਾ? ਕਿਹੜੀ ਗੱਲ ਤੋਂ ਕਹਿੰਦੇ ਕਿ ਫੁੱਟ ਪਾਉਂਦਾ? ਜੰਗੀਰ ਸਿੰਘ ਤਾਰਾ ਸਿੰਘ ਦਾ ਪੁੱਤਰ ਇੱਟਾਂ ਵਾਲੀ ਤੋਂ ਇੱਥੇ ਆਇਆ ਵਿਆ, ਜੋ ਉਹਦਾ ਪੱਟ ਚੀਰ ਕੇ ਲੂਣ ਭਰ ਦਿੱਤਾ। ਇਹ ਗੁਲਾਮੀ ਦੀਆਂ ਨਿਸ਼ਾਨੀਆਂ ਮੈਂ ਦੱਸ ਰਿਹਾ ਤੁਹਾਨੂੰ, ਪਹਿਲਾਂ ਕਿਹਾ ਸੀ ਗੁਲਾਮ ਕਿਹਨੇ ਹੈ? ਹਿੰਦੂ ਮਰਜੇ ਇਨਕੁਆਇਰੀ ਹੈ, ਸਿੱਖ ਮਰਜੇ ਇਨਕੁਆਇਰੀ ਨਹੀਂ। ਹਿੰਦੂ ਮਰਜੇ ਲਾਸ਼ ਵਾਪਸ ਹੈ, ਸਿੱਖ ਮਰਜੇ ਲਾਸ਼ ਵਾਪਸ ਨਹੀਂ। ਹਿੰਦੂ ਮਰਜੇ ਸਿੱਖ ਨੂੰ ਸਜ਼ਾ ਹੈ, ਸਿੱਖ ਮਰਜੇ ਅਤੇ ਉਹਦੀ ਇਨਕੁਆਇਰੀ ਠੱਪ ਕੀਤੀ ਜਾਂਦੀ ਹੈ। ਪੰਡਿਤਾਂ ਦੇ ਘਰੇ ਜੰਮੀ ਲੜਕੀ, ਜਨਤਾ ਦੀਆਂ ਲੈ ਕੇ ਵੋਟਾਂ, ਹਿੰਦੁਸਤਾਨ ਦੀ ਬਣੀ ਪ੍ਰਾਈਮ ਮਿਨਿਸਟਰ ਬੀਬੀ ਇੰਦਰਾ ਗਾਂਧੀ, ਉਹਨੂੰ 1977 ਵਿੱਚ ਸਜ਼ਾ ਦਿੱਤੀ ਅਦਾਲਤ ਨੇ, ਭੁਗਤਣ ਵਾਸਤੇ ਜੇਲ੍ਹ ਵਿੱਚ ਗਈ। ਉਹਦੇ ਸਹਿਯੋਗੀ ਪਾਂਡੇ ਉਹਨਾਂ ਨੇ ਜਹਾਜ਼ ਅਗਵਾ ਕੀਤਾ, ਉਹਨੂੰ ਇੱਕ ਨੂੰ ਯੂਪੀ 'ਚ, ਇੱਕ ਨੂੰ ਬਿਹਾਰ 'ਚ ਅਸੈਂਬਲੀ ਦੀ ਟਿਕਟ। ਅਤੇ ਜੇ ਗੁਰੂ ਕੇ ਲਾਲਾ ਨੇ, ਗਜਿੰਦਰ ਸਿੰਘ ਹੋਣਾ ਨੇ, ਤੇਰੇ ਸਾਥੀਆਂ ਨੇ ਜਹਾਜ਼ ਅਗਵਾ ਕਰ ਲਿਆ ਅਤੇ ਦੇਸ਼ ਨਿਕਾਲਾ, ਰਿਸ਼ਤਾ ਸਾਡਾ 9 ਮਾਸ ਦਾ। ਪੰਡਿਤਾਂ ਦੀ ਕੁੜੀ ਵਾਸਤੇ ਜਹਾਜ਼ ਅਗਵਾ ਹੋਵੇ, MLA ਫਲੈਟ ਵਿੱਚ ਹਿੰਦੂ ਨੂੰ ਕਮਰਾ, ਸਿੱਖ ਆਪਣੇ ਇਸ਼ਟ ਵਾਸਤੇ ਜਹਾਜ਼ ਅਗਵਾ ਕਰੇ, ਜਿੱਥੇ ਸਮੁੱਚੇ ਤੌਰ ਨੇ ਪੰਥ ਨੇ ਇੱਥੋਂ 4 ਅਗਸਤ ਨੂੰ ਮੋਰਚਾ ਆਰੰਭ ਕੀਤਾ ਇਕੱਠੇ ਹੋ ਕੇ ਸਾਰਿਆਂ ਨੇ। ਗੁਰਬਖਸ਼ ਸਿੰਘ ਨੇ ਜਹਾਜ਼ ਅਗਵਾ ਕੀਤਾ, ਲੱਤ 'ਚ ਟੀਕਾ ਲਾ ਕੇ ਲੱਤ ਗਾਲ ਦਿੱਤੀ, ਅੱਜ ਜੇਲ੍ਹ ਭੁਗਤਦਾ ਜੀ। ਉਹਦਾ ਜੰਮਿਆ ਰਹਿੰਦਾ ਅੰਮ੍ਰਿਤਸਰ, ਇੱਥੇ ਉਹਦੇ ਗੋਲੀ ਮਾਰ ਕੇ ਰਾਜਾ ਸੰਸੀ ਅੱਡੇ 'ਤੇ ਮਾਰ ਦਿੱਤਾ। ਤੁਸੀਂ ਦੱਸੋ ਗੁਰੂ ਕੇ ਸਿੱਖੋ, ਕੀ ਪੰਡਿਤਾਂ ਦੀ ਕੁੜੀ ਜੀ ਨਹੀਂ ਵੀ ਆਪਣੇ ਇਸ਼ਟ ਗੁਰੂ ਗ੍ਰੰਥ ਸਾਹਿਬ ਦੀ ਕੀਰਤ ਨਹੀਂ, ਅਤੇ ਕੀ ਆਪਾਂ ਗੁਰੂ 'ਤੇ ਭਰੋਸਾ ਰੱਖਦੇ ਹਾਂ? ਪੰਡਿਤਾਂ ਦੀ ਕੁੜੀ ਵਾਸਤੇ ਜਹਾਜ਼ ਰੋਸ ਮੁਜ਼ਾਹਰੇ ਵਾਸਤੇ ਉਡਾਇਆ ਜਾ ਸਕਦਾ? ਸਿੱਖ ਦੇ ਇਸ਼ਟ ਵਾਸਤੇ, ਸਿੱਖ ਦੇ ਦਾੜੇ ਵਾਸਤੇ, ਸਿੱਖ ਦੀ ਕਿਰਪਾਨ ਵਾਸਤੇ, ਸਿੱਖ ਦੇ ਹਰਿਮੰਦਰ ਸਾਹਿਬ ਵਾਸਤੇ ਜਹਾਜ਼ ਅਗਵਾ ਕਿਉਂ ਨਹੀਂ ਹੋ ਸਕਦਾ ਗਾ? ਹਾਂ, ਜੇ ਜਹਾਜ਼ ਨੂੰ ਸਾੜਿਆ, ਜੇ ਜਹਾਜ਼ ਨੂੰ ਭੰਨਿਆ, ਜੇ ਜਹਾਜ਼ ਨੂੰ ਅੱਗ ਲਾਈ ਹੈ, ਜੇ ਜਹਾਜ਼ ਦੀ ਸਵਾਰੀ ਮਾਰੀ ਹੈ, ਜੇ ਜਹਾਜ਼ ਦੀ ਸਵਾਰੀ ਨੂੰ ਲੁੱਟਿਆ, ਆਪਾਂ ਸਾਰੇ ਗੁਨਾਹਗਾਰ, ਆਪਣੇ ਲੀਡਰ ਵੀ ਗੁਨਾਹਗਾਰ। ਜਹਾਜ਼ ਵਿੱਚ ਬਹਿ ਕੇ ਰੋਸ ਮੁਜ਼ਾਹਰੇ ਵਾਸਤੇ ਜਹਾਜ਼ ਸਿੱਖ ਲੈ ਜੇ ਤੇ ਦੇਸ਼ ਨਾ ਗਦਾਰੀ, ਹਿੰਦੂ ਸਿੱਖਾਂ ਦੀ ਕੁੜੀ ਨੰਗੀ ਕਰ ਦੇਵੇ ਤੇ ਦੇਸ਼ ਭਗਤੀ, ਦੱਸੋ ਕਦੋਂ ਤੱਕ ਗੁਲਾਮੀ ਸਹਿਣ ਕਰਨੀ ਹੈ? ਕਿਤਨੀ ਬੇਇਨਸਾਫੀ ਹੈ, ਕਿੰਨੀਆਂ ਮਿਸਾਲਾਂ ਤੁਹਾਨੂੰ ਗੁਲਾਮੀ ਦੀਆਂ ਦਿੱਤੀਆਂ। ਇਹਦੀ ਜ਼ਿੰਮੇਵਾਰੀ ਤੁਹਾਡੇ 'ਤੇ ਆਉਣੀ ਹੈ। ਮੈਂ ਬੇਨਤੀ ਕਰਾਂਗਾ ਨੌਜਵਾਨਾਂ ਨੂੰ, ਬੋਲਣ ਲੱਗਿਆ ਮੈਂ ਇੱਕ ਅੱਖਰ ਵਰਤਿਆ ਸੀ, ਜਿਹੜਾ ਪੁੱਤਰ ਆਪਣੇ ਪਿਓ ਨਾਲ ਨਹੀਂ ਰਲਦਾ
ਉਹਨੂੰ ਬਹੁਤ ਮੰਦ ਭਾਸ਼ਾ ਅੱਖਰ ਨਾਲ ਵਰਤਿਆ ਜਾਂਦਾ, ਆਜ਼ਾਦ ਕੀਤਾ ਜਾਂਦਾ। ਮੈਂ ਤੁਹਾਡੇ ਕੋਲ ਬਾਹਾਂ ਖੜੀਆਂ ਕਰਾਉਣੀਆਂ, ਇੱਕ ਗੱਲ ਕਹਿ ਕੇ ਦੋ ਵਾਰਾਂ ਕਰਾਉਣੀਆਂ ਪੈਣੀਆਂ। ਤੁਸੀਂ ਦੱਸੋ ਸਾਰੇ ਜਿਤਨੇ ਬੈਠੇ ਹੋ ਕਿ ਆਪਾਂ ਅਨੰਦਪੁਰ ਦਾ ਮਤਾ ਚਾਹੁੰਦੇ ਹਾਂ ਪੂਰਾ ਕਿ ਨਹੀਂ? ਅਤੇ ਜੇ ਮੈਂ ਠੀਕ ਹੈ ਇਹਦੇ ਨਾਲ ਹੀ ਸਰਜੂ ਮੇਰਾ, ਜੇ ਅਨੰਦਪੁਰ ਦਾ ਮਤਾ ਚਾਹੁੰਦੇ ਹੋ, ਜਿਹੜਾ ਮਨੁੱਖ ਆਪਣੀ ਜ਼ਿੰਦਗੀ ਵਿੱਚ ਇੱਕ ਵੇਲਾ ਘਰੇ ਜੰਮ ਕੇ ਅਤੇ ਦੁਬਾਰਾ ਆਪਣੇ ਘਰੇ ਪੈਰ ਹੀ ਨਾ ਪਾਵੇ, ਉਹਦਾ ਘਰ ਵੱਸਦਾ ਰਹਿ ਸਕਦਾ ਕਦੇ? ਆਪਾਂ ਜੰਮੇ ਕਿੱਥੇ ਜਿੰਨੇ ਬੈਠੇ ਇੱਥੇ? ਗੁਰੂ ਕੇ ਖਾਲਸੇ ਦਾ ਜਨਮ ਸਥਾਨ ਹੈ ਅਨੰਦਪੁਰ ਸਾਹਿਬ। ਇਕੱਲਾ ਖਾਲਸੇ ਦਾ ਜਨਮ ਨਹੀਂ, ਪੁੱਤਰਾਂ ਦੇ ਦਾਨੀ ਨਾਲ ਬਚਨ ਦੇਣ ਦਾ ਖਾਲਸੇ ਨੂੰ ਵੀ ਉਹ ਥਾਂ। ਇਸ ਅੰਮ੍ਰਿਤ ਦੀ ਦਾਤ ਵੱਟੇ ਕਿ ਖਾਲਸਾ ਜੀ ਮੈਨੂੰ ਵੀ ਅੰਮ੍ਰਿਤ ਬਖਸ਼ੋ। ਅਤੇ ਧੰਨ ਗੁਰੂ ਕਾ ਸਿੱਖ ਖੁਸ਼ਾਮਦੀ ਨਹੀਂ ਸੀ, ਕਿੰਨੀ ਨਿਡਰਤਾ ਬਖਸ਼ਤੀ ਆਪਣੇ ਖਾਲਸੇ ਨੂੰ। ਪੁੱਤਰਾਂ ਦੇ ਦਾਨੀ ਨੂੰ ਕਹਿ ਦਿੱਤਾ ਹੈ ਪੁੱਤਰ ਨੇ, ਸਿੱਖ ਨੇ, ਕਿ ਪਿਤਾ ਜੀ ਅੰਮ੍ਰਿਤ ਛਕੋ। ਜਵਾਬ ਨਹੀਂ, ਪਰ ਕਿਰਪਾ ਕਰਕੇ ਦੱਸੋ, ਬਖਸ਼ਿਸ਼ ਕਰੋ। ਆਪ ਜੀ ਨੇ ਅੰਮ੍ਰਿਤ ਵੱਟੇ ਪੰਜ ਸਿਰ ਲਏ ਆ, ਮੂੰਗਫਲੀ ਵੱਟੇ ਨਹੀਂ ਦਿੱਤਾ, ਪਰ ਅੰਮ੍ਰਿਤ ਦੀ ਦਾਤ ਵੱਟੇ ਆਪ ਜੀ ਕੀ ਬਖਸ਼ੋਗੇ? ਧੰਨ ਪੁੱਤਰਾਂ ਦੇ ਦਾਨੀ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿਣਗੇ ਭਾਈ ਦਇਆ ਸਿੰਘ ਜੀ ਤੁਸੀਂ ਪੰਜ ਸਿਰ ਦਿੱਤੇ ਆ ਥਾਵਾਂ ਥਾਵਾਂ ਤੋਂ ਆ ਕੇ, ਅਤੇ ਜੇ ਸਾਨੂੰ ਤੁਸੀਂ ਖੰਡੇ ਬਾਟ ਦਾ ਅੰਮ੍ਰਿਤ ਬਖਸ਼ੋਗੇ, ਅਸੀਂ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦੇ ਹਾਂ ਸਾਰਾ ਸਰਬੰਸ ਤੁਹਾਡੇ ਉੱਪਰ ਕੁਰਬਾਨ ਕਰ ਦਿਆਂਗੇ। ਖਾਲਸਾ ਜੀ ਉਸ ਪੁੱਤਰਾਂ ਦੇ ਦਾਨੀ ਦੇ ਪਰਨ ਕਰਨ ਦੇ ਸਥਾਨ ਤੋਂ, ਉਸ ਪੁੱਤਰਾਂ ਦੇ ਦਾਨੀ ਨਾਦੀ ਔਲਾਦ ਦੇ ਉੱਪਰੋਂ ਬਿੰਦੀ ਔਲਾਦ ਨੂੰ ਸ਼ਹੀਦ ਕਰਨ ਦਾ ਪਰਨ ਦੇਣ ਵਾਲੇ ਥਾਂ ਤੋਂ ਰੈਗੂਲੇਸ਼ਨ ਪਾਸ ਹੋਇਆ ਹੋਵੇ, ਅਤੇ ਆਪਾਂ ਭਲਾ ਸਾਰੇ ਜਿੰਨੇ ਨੌਜਵਾਨ ਉਹਨਾਂ ਨੂੰ ਤਾਂ ਮੈਂ ਖਾਸ ਕਰਕੇ ਕਹੂੰਗਾ, ਆਪਣੇ ਚਿਹਰੇ 'ਤੇ ਹੱਥ ਮਾਰ ਕੇ ਵੇਖੋ ਕਿ ਆਪਾਂ ਅਨੰਦਪੁਰ ਵੜੇ ਹਾਂ ਘਰੇ, ਆਪਣੇ ਦੜ ਸਾਬਤ ਹੈ, ਕਿਰਪਾਨਾ ਹੈਗੀਆਂ, ਬਾਣੀ ਕੰਠ ਹੈ, ਸ਼ਰਾਬ ਤਾਂ ਨਹੀਂ ਪੀਂਦੇ। ਅਤੇ ਜਿਹੜਾ ਬੰਦਾ ਘਰੇ ਨਹੀਂ ਵੜਦਾ ਉਹਨੂੰ ਘਰ ਆਪਣਾ ਤਖ਼ਤ ਕੌਣ ਲਾਉਣ ਦੇਊਗਾ? ਉਹਨੂੰ ਚਿਪਸ ਕੌਣ ਲਾਉਣ ਦੇਊਗਾ? ਬਾਰੀਆਂ ਕੌਣ ਲਾਉਣ ਦੇਊ ਉਹਨੂੰ? ਅਨੰਦਪੁਰ ਦਾ ਮਤਾ ਲੈਣਾ ਤਾਂ ਪਹਿਲਾਂ ਅਨੰਦਪੁਰ ਘਰੇ ਵੜੋ, ਅੰਮ੍ਰਿਤ ਛਕੋ, ਫਿਰ ਜ਼ਰੂਰ ਮਿਲੂਗਾ। ਇੱਕ ਅਖਬਾਰਾਂ ਦੀਆਂ ਗੱਲਾਂ ਸੁਣ ਕੇ ਸ਼ੰਕਾ ਵਿੱਚ ਨਾ ਪਿਆ ਕਰੋ, ਮੈਂ ਤੁਹਾਨੂੰ ਇੱਕ ਬੇਨਤੀ ਜ਼ਰੂਰ ਕਰਾਂਗਾ। ਟਕਸਾਲ ਦੀ ਪੱਗ ਲਿਆਉਣ ਵਾਸਤੇ ਬਹੁਤ ਯਤਨ ਜਾਰੀ ਹੈ, ਖਾਸ ਕਰਕੇ ਇੱਕ ਯਤਨ ਮੇਰੀਆਂ ਅੱਖਾਂ ਦੇ ਸਾਹਮਣੇ ਆਇਆ, ਉਹ ਕੀ ਹੈ? ਚਿੱਠੀਆਂ ਦਾ ਦਿੱਲੀ, ਕਲਕੱਤੇ, ਬੰਬਈ, ਕਾਦੀਏ, ਮੀਏ ਵਿੰਡ, ਤਰਨ ਤਾਰਨ ਸਾਹਿਬ, ਇਹਨਾਂ ਸਾਰਾ ਥਾਵਾਂ 'ਤੇ ਚਿੱਠੀਆਂ ਗਈਆਂ। ਅਤੇ ਕੱਲ੍ਹ ਦੀ ਗੱਲ ਹੈ, ਸ਼ਾਇਦ ਕਿ ਪਰਸੋਂ ਦੀ, ਦਲਗੀਰ ਸਿੰਘ ਸ਼ਾਹ, ਹਰੀ ਸਿੰਘਾਰੇ ਵਾਲਾ, ਇਹ ਪੰਚਾਇਤ ਰੂਪ ਵਿੱਚ ਹੋ ਕੇ ਇੱਕ ਦਿਲਾਰਾਮ ਆ ਕੋਈ ਪੰਡਿਤ, ਉਹਨੂੰ ਲੈ ਕੇ ਆਇਆ ਮੇਰੇ ਕੋਲ। ਕਹਿੰਦਾ ਸੰਤ ਜੀ ਇਹਨਾਂ ਦਾ ਕੁਝ ਨਹੀਂ ਕਿਹਾ, ਤਾਂ ਮੈਂ ਇਹਨੂੰ ਕੀ ਕਿਹਾ? ਅੱਗੇ ਜਿਹਨੂੰ ਚਿੱਠੀ ਚਲੀ ਗਈ, ਮੈਂ ਉਹਨੂੰ ਪੁੱਛਿਆ ਕੀ ਗੱਲ ਹੈ, ਕਹਿੰਦੇ ਚਿੱਠੀ ਚਲੀ ਗਈ, ਰੋਟੀ ਬੰਦ ਹੋ ਗਈ। ਮੈਂ ਕਿਹਾ ਉਹਦਾ ਤਾਂ ਦਸਖਤ ਹੈ ਕਿਸੇ ਦੇ? ਕਹਿੰਦੇ ਜਿੰਦਾਬਾਦ ਪਿੰਡਰਾਂ ਵਾਲਾ ਲਿਖਿਆ ਸੀ। ਇਹ ਸਰਾਸਰ ਸ਼ਰਾਰਤ ਹੈ। ਖਾਲਸਾ ਜੀ ਟਕਸਾਲ ਦੀ ਪੱਗ ਨੂੰ ਹੱਥ ਪਾਉਣ ਦੀਆਂ ਕੋਸ਼ਿਸ਼ਾਂ, ਕਾਂਗਰਸ ਦੇ ਏਜੰਟ ਕਹਿਣਾ, ਗਦਾਰ ਕਹਿਣਾ, ਇਹ ਕੌਣ ਕਰ ਰਿਹਾ ਹੈ? ਦਫਾੜ ਪਾਉਣ ਵਾਸਤੇ ਪੰਥ ਦੇ ਵਿੱਚ ਫੁੱਟ ਪੈਰਾਂ ਕਰਕੇ ਲੜਾ ਕੇ ਜੁੰਡੋ ਜੁੰਡੀ ਕਰਾ ਕੇ ਆਪਣੀ ਕੁਰਸੀ ਨੂੰ ਕਾਇਮ ਰੱਖਣ ਦੀਆਂ ਸਾਹਸਾਂ ਗੌਰਮੈਂਟ ਵੱਲੋਂ ਜਾਰੀ ਹਨ। ਇਹਨਾਂ ਚੀਜ਼ਾਂ ਤੋਂ ਬਚਣਾ, ਅੰਮ੍ਰਿਤ ਛਕਾਉਣਾ, ਰਹਿਤ ਰਖਾਉਣੀ, ਬਾਣੀ ਪੜ੍ਹਾਉਣੀ, ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੀਆਂ ਕਰਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਣਾ, ਅਕਾਲ ਤਖ਼ਤ ਸਾਹਿਬ ਅਤੇ ਹਰਿਮੰਦਰ ਸਾਹਿਬ ਨਾਲ ਜੋੜਨਾ, ਧੀਆਂ ਭੈਣਾਂ ਦੀ ਲੁੱਟੀ ਇੱਜ਼ਤ, ਮਾਸੂਮਾਂ ਦਾ ਪੀਤਾ ਖੂਨ, ਸਤਿਗੁਰੂ ਦੀ ਕੀਤੀ ਬੇਅਦਬੀ, ਇਹਦਾ ਹੱਕ ਲੈਣ ਦੇ ਇੱਛਕ ਰਹਿਣਾ, ਅਤੇ ਹੱਕ ਲੈਣ ਦੀ ਨੌਜਵਾਨਾਂ ਨੂੰ ਪ੍ਰੇਰਨਾ ਕਰਨੀ, ਅਤੇ ਨੰਗੇ ਧੜ ਘੁੰਡ ਚੁੱਕ ਕੇ ਘੁੰਡ ਕੱਢ ਕੇ ਨਹੀਂ, ਪੰਥ ਦੀ ਹਮਾਇਤ ਕਰਨ ਦਾ ਐਲਾਨ ਕਰਨਾ। ਤੁਸੀਂ ਮੈਨੂੰ ਦੱਸੋ ਵੀ ਜੇ ਇਹ ਕੰਮ ਕਾਂਗਰਸ ਦੇ ਏਜੰਟਾਂ ਦਾ ਅਤੇ ਬਾਕੀ ਦਾ ਫਿਰ ਕੀ ਕੰਮ ਹੈ? ਜੇ ਕੰਮ ਏਜੰਟਾਂ ਦਾ ਮੈਂ ਏਜੰਟ ਹੈ, ਜੇ ਕੰਮ ਭੈੜੇ ਬੰਦਿਆਂ ਦਾ ਮੈਂ ਭੈੜਾ, ਜੇ ਕੰਮ ਜਨਸੰਘੀਆਂ ਦਾ ਮੈਂ ਜਨਸੰਘੀ ਹੈ, ਜੇ ਕੰਮ ਅਕਾਲੀਆਂ ਦਾ ਮੈਂ ਅਕਾਲੀ ਹੈ,
ਤੇ ਜੇ ਕਾਮੇ ਅਕਾਲੀਆਂ ਦਾ ਤੇ ਅਕਾਲੀ ਮੈਂ ਹੈਗਾ ਹੈਗਾ ਪਹਿਲਾਂ ਹੀ। ਦਸ ਦਸ ਹਜ਼ਾਰ ਬੰਦੇ ਨੂੰ ਆਪ ਪੰਜਾਂ ਪਿਆਰਿਆਂ ਦੀ ਸੇਵਾ 'ਚ ਲੱਗ ਕੇ ਸਤਿਗੁਰੂ ਦੇ ਸਾਹਮਣੇ ਪਰਨ ਕਰਵਾ ਕੇ ਇੱਕ ਇੱਕ ਦਿਹਾੜੀ 'ਚ ਅੰਮ੍ਰਿਤ ਛਕਾਉਣਾ ਅਤੇ ਫਿਰ ਕਹਿਣਾ ਜੀ ਏਜੰਟ ਹੈ ਮੇਰੇ ਮਨ 'ਤੇ ਕੈਸੀ ਸੱਟ ਲੱਗੀ। ਰਾਤ ਇੰਗਲੈਂਡ ਵਿੱਚੋਂ ਇੱਕ ਪ੍ਰੇਮੀ ਆਇਆ, ਜਿਸ ਮਨੁੱਖ ਦੀ ਬਾਤ ਅਸੀਂ ਸੀਤ ਤਲੀ 'ਤੇ ਰੱਖੀ ਫਿਰਦੇ ਹਾਂ, ਜਿਸ ਮਨੁੱਖ ਦੀ ਬਾਤ ਮੈਂ ਸਟੇਜ ਤੋਂ ਖੜੋ ਕੇ ਗੌਰਮੈਂਟ ਨੂੰ ਮੰਗਾ ਰਿਹਾ ਸੀ ਕਿ ਜਿਸ ਜਸਵੰਤ ਸਿੰਘ ਠੇਕੇਦਾਰ ਦਾ 50,000 ਰੁਪਇਆ ਤੁਸੀਂ ਸਿਰ ਮੁੱਲ ਪਾਇਆ, ਉਸ ਮਨੁੱਖ ਨੂੰ ਗੌਰਮੈਂਟ ਦਾ ਪੁਲਿਸ ਦੇ ਬੰਦੇ ਨੇ ਕਿਸੇ ਨੇ ਗੋਲੀ ਨਾਲ ਮਾਰਿਆ ਅਤੇ ਸਿੱਖ ਕੌਮ ਜਿਉਂਦੀ ਆ ਬਦਲਾ ਲਵੇਗੀ। ਪਰ ਅੱਜ ਉਹ ਲੋਕ ਇੰਗਲੈਂਡ ਵਿੱਚ ਜਾ ਕੇ ਕਹਿੰਦੇ ਭਿੰਡਰਾਂਵਾਲਾ ਕਾਂਗਰਸ ਨਾਲ ਰਲ ਗਿਆ। ਮੈਂ ਤੁਹਾਨੂੰ ਹੱਥ ਜੋੜ ਕੇ ਆਏ ਹੋ ਨੌਜਵਾਨਾਂ ਨੂੰ ਬੇਨਤੀ ਕਰਾਂਗਾ, ਮੇਰੇ ਨਾਂ 'ਤੇ ਖਬਰਾਂ ਛਪਣ, ਲੀਡਰਾਂ ਦੇ ਨਾਂ 'ਤੇ ਖਬਰਾਂ ਛਪਣ, ਕਿਸੇ ਹੋਰ ਜ਼ਿੰਮੇਵਾਰਾਂ ਦੇ ਨਾਂ 'ਤੇ ਖਬਰਾਂ ਛਪਣ। ਤੁਸੀਂ ਅਖਬਾਰਾਂ ਵੱਲ ਧਿਆਨ ਨਹੀਂ ਦੇਣਾ, ਅਖਬਾਰਾਂ ਦਾ ਖਹਿੜਾ ਛੱਡ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਓਟ ਆਸਰਾ ਰੱਖਣਾ। ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ, ਇਹ ਚਾਲਾਂ ਗੌਰਮੈਂਟ ਨੇ ਬਹੁਤ ਚੱਲਣੀਆਂ, ਹਰ ਤਰੀਕੇ ਨਾਲ ਚੱਲਣੀਆਂ, ਆਪਣੇ ਵਿੱਚੋਂ ਖਰੀਦ ਕੇ ਵੀ ਚੱਲਣੀਆਂ। ਪਰ ਮੈਂ ਇੱਕ ਬੇਨਤੀ ਕਰਾਂਗਾ, ਮੈਂ ਮਾਣ ਤਾਂ ਕਰਦਾ ਨਹੀਂ, ਸਤਿਗੁਰੂ ਦੀ ਹਜ਼ੂਰੀ 'ਚ ਦਿਲੋਂ ਤੁਹਾਡੇ ਕੋਲੋਂ ਖਿਮਾ ਮੰਗ ਕੇ ਇੱਕ ਬੇਨਤੀ ਕਰਨ ਲੱਗਾ, ਹੰਕਾਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਬਚਾਉਣ। ਪਰ ਇੱਕ ਚੇਤਾ ਰੱਖਿਓ, ਅਕਾਲੀ ਦਲ ਦੇ ਮੋਰਚੇ ਬਹੁਤ ਲੱਗੇ ਹੈ, ਸ਼ਹੀਦੀਆਂ ਬਹੁਤ ਹੋਈਆਂ, ਅਕਾਲੀ ਦਲ ਨੇ ਸਿੱਖ ਕੌਮ ਦੀ ਨੁਮਾਇੰਦਗੀ ਕੀਤੀ, ਕਰ ਰਹੀ ਅਤੇ ਕਰੇਗੀ। ਪਰ ਇੱਕ ਗੱਲ ਯਾਦ ਰੱਖਿਓ, ਅੱਜ ਤੱਕ ਸੰਤ ਜੀ ਬੈਠੇ ਦੱਸਣਗੇ, ਲੀਡਰ ਬੈਠੇ ਦੂਜੇ ਦੱਸ ਦੇਣਗੇ, ਕਿਸੇ ਵੀ ਸੰਘਰਸ਼ ਵਿੱਚ ਜਦੋਂ ਤੋਂ ਅਕਾਲੀ ਦਲ ਹੋਂਦ ਵਿੱਚ ਆਇਆ ਹੈ, ਕੋਈ ਸਿੱਖ ਦੱਸੋ ਕਿ ਸਮੂਹ ਸੰਪਰਦਾਵਾਂ, ਸਮੂਹ ਜਥੇਬੰਦੀਆਂ ਸਾਰਿਆਂ ਨੇ ਰਲ ਕੇ ਸਮੁੱਚੇ ਤੌਰ 'ਤੇ ਪੰਥ ਦੇ ਨਾਲ ਸਹਿਯੋਗ ਦਿੱਤਾ ਹੋਵੇ। ਇਕੱਲਾ ਇਕੱਲਾ ਤਾਂ ਹੋ ਸਕਦਾ, ਕਿਤੋਂ ਕਿਸੇ ਨੇ ਜਥਾ ਭੇਜ ਦਿੱਤਾ, ਕਿਤੋਂ ਕਿਤੇ ਨੇ। ਪਰ ਐਰਕੀ ਕੀ ਹੋਇਆ, ਜਦੋਂ ਮੋਰਚਾ ਲੱਗਾ, ਸਮੁੰਦਰੀ ਹਾਲ ਵਿੱਚ ਮੀਟਿੰਗ ਹੋਈ ਹੈ, 30 ਮਹਾਤਮਾ ਮੁਖੀ ਜਿਨ੍ਹਾਂ ਨੂੰ ਦੁਨੀਆ ਜਾਣਦੀ ਹੈ, ਕਾਰ ਸੇਵਾ ਵਾਲੇ, ਕੀਰਤਨ ਵਾਲੇ, ਕਥਾ ਵਾਲੇ, ਹੋਰ ਥਾਵਾਂ ਥਾਂ ਤੋਂ ਭਗਵੇਂ ਲਿਬਾਸ ਵਾਲੇ ਸਾਰੇ ਆਏ, ਸਾਰਿਆਂ ਨੇ ਪ੍ਰਣ ਕੀਤਾ। ਅਤੇ ਫਿਰ ਕਿਹੜੀ ਗੱਲੋਂ ਡੋਲੀ ਜਾਂਦੇ ਹਾਂ ਵੀ ਕਿਤੇ ਵਿਕ ਨਾ ਜਾਈਏ, ਕਿਤੇ ਡਿੱਗ ਨਾ ਪਈਏ, ਕਿਤੇ ਧੋਖਾ ਨਾ ਹੋ ਜਾਵੇ, ਯਕੀਨ ਨਹੀਂ ਕਿਸੇ 'ਤੇ। ਮੈਂ ਅਕਾਲ ਤਖਤ ਸਾਹਿਬ 'ਤੇ ਬੇਨਤੀ ਕੀਤੀ ਸੀ, ਤੁਹਾਨੂੰ ਇੱਕ ਅੱਜ ਵੀ ਕਰਦਾ। ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਵਾਰਾਂ ਪ੍ਰਣ ਕੇ ਕਰ ਚੁੱਕਿਆ, ਫਿਰ ਕਹਿਣਾ ਚਾਹੁੰਦਾ ਦੁਹਰਾ ਕੇ, ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾ, ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ, ਮੈਂ ਆਪਦੀ ਗੱਲ ਕਰਦਾ ਸਿੰਘ ਦੀ ਨਹੀਂ, ਮੈਂ ਇਹਨਾਂ ਮਰਾਤਬਿਆਂ 'ਤੇ ਕਿੱਥੇ ਆਵਾਂ, MLA ਬਣਾ, ਵਜ਼ੀਰ ਬਣਾ, MP ਬਣਾ, ਜੁੱਤੀਆਂ ਤੁਹਾਡੀਆਂ ਹੋਣਗੀਆਂ, ਸਿਰ ਮੇਰਾ ਹੋਊਗਾ। ਮੇਰਾ ਕੰਮ ਕੇਵਲ ਤੁਹਾਡੇ ਕੇਸਦਾਰ ਜਿਨ੍ਹਾਂ ਨੇ ਮੁੰਨੇ ਦੂਜਿਆਂ ਦੇ ਹੈਗੇ ਅੱਗੇ, ਜਿਹੜੇ ਕੇਸਦਾਰ ਮੁੰਨਦੇ ਆ ਦੇਹ ਧਾਰੀਆਂ ਮਗਰ ਲੱਗਦੇ ਆ, ਨਸ਼ੇ ਖਾਂਦੇ ਪੁੱਠੇ ਪਾਸੇ ਤੁਰਦੇ ਆ, ਉਹਨਾਂ ਨੂੰ ਪ੍ਰੇਰ ਕੇ ਹੱਥ ਜੋੜ ਕੇ ਆਪਣੇ ਭਰਾ ਬਣ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਣਾ ਅਤੇ ਪੰਥ ਨਾਲ ਜੋੜਨਾ ਮੇਰਾ ਕੰਮ ਹੈ। ਹਾਂ, ਆਨੰਦਪੁਰ ਦੇ ਮਤੇ ਬਾਰੇ ਮੈਂ ਵੀ, ਡਿਕਟੇਟਰ ਸਾਹਿਬ ਨੇ ਵੀ, ਸੁਖਜਿੰਦਰ ਸਿੰਘ ਨੇ ਵੀ, ਟੌੜਾ ਸਾਹਿਬ ਨੇ, ਤਲਵੰਡੀ ਸਾਹਿਬ ਨੇ, ਬਾਕੀ ਸਾਰਿਆਂ ਲੀਡਰਾਂ ਨੇ ਤਾਂ ਸਟੇਜ ਤੋਂ ਕਿਹਾ, ਟੈਲੀਵਿਜ਼ਨ 'ਤੇ ਭਰਿਆ ਕਿ ਆਨੰਦਪੁਰ ਦੇ ਮਤੇ ਤੋਂ ਘੱਟ ਅਸੀਂ ਰੱਤੀ ਮਾਤਰ ਦੀ ਗੱਲ ਨਹੀਂ ਕਰਾਂਗੇ। ਜੇ ਤੁਰਿਆ ਜਾਂਦਾ ਕੰਮ ਜਿੰਨਾ ਕੁ ਤੁਰਦਾ ਤੁਰਨ ਦਿਓ, ਜਦੋਂ ਕੋਈ ਬੈਠੂਗਾ, ਜਦੋਂ ਕੋਈ ਲਿਟੂਗਾ, ਜਦੋਂ ਕੋਈ ਵਿਕੂਗਾ, ਤਾਂ ਮੈਂ ਤੁਹਾਨੂੰ ਕਹਿ ਚੁੱਕਿਆ ਵੀ ਡਰ ਮੈਂ ਮੰਨਦਾ ਨਹੀਂ, ਜ਼ਰੂਰ ਖੜਕਾਉਂ ਕਿ ਖਾਲਸਾ ਜੀ, ਆਹ ਆਨੰਦਪੁਰ ਦੇ ਮਤੇ ਦੀ ਕਾਪੀ, ਇਹਦੇ 'ਚ ਲਿਖੀਆਂ ਚੀਜ਼ਾਂ ਅਤੇ ਰੈਜੂਲੇਸ਼ਨ ਨੂੰ ਪਾਸ ਕਰਨ ਵਾਲੇ ਆਹ ਸੱਜਣ, ਇੱਥੋਂ ਤੱਕ ਕੰਮ ਸਾਡਾ ਮੁੱਕਿਆ, ਇੱਥੋਂ ਤੱਕ ਕਹਿੰਦਾ, ਤੁਸੀਂ ਦੱਸੋ ਕੀ ਕਰਨਾ, ਉਦੋਂ ਜ਼ਿੰਮੇਵਾਰੀ ਹੋਣੀ ਤੁਹਾਡੀ। ਅਤੇ ਡਰੀ ਕਿਉਂ ਜਾਂਦੇ ਹਾਂ, ਲਾਲਾ ਖਬਰ ਦੇ ਦਿੰਦਾ ਜੀ ਲੱਤੋ ਲੱਤੀ ਹੋ ਪਏ, ਦੂਜਾ ਖਬਰ ਦੇ ਦਿੰਦਾ ਆਹ ਕੁਝ ਹੋ ਗਿਆ। ਠੀਕ ਹੈ, ਕਿਸੇ ਨਾਲ ਮਾੜਾ ਮੋਟਾ ਕਿਸੇ ਖਿਆਲ ਦਾ ਕਿਸੇ ਹੋ ਸਕਦਾ, ਪਰ ਜਿੱਥੇ ਆਨੰਦਪੁਰ ਦੇ ਮਤੇ ਦੀ ਗੱਲ ਹੈ, ਜਿੱਥੇ ਕੇਸ 'ਤੇ ਦਾੜੇ ਦੀ ਗੱਲ ਹੈ, ਜਿੱਥੇ ਸਿੱਖੀ ਸਰੂਪ ਦੀ ਗੱਲ ਹੈ, ਉੱਥੇ ਚਿੰਤਾ ਫਿਕਰ ਨਾ ਕਰੋ, ਸਤਿਗੁਰੂ ਦੀ ਕਿਰਪਾ ਹੋਵੇਗੀ। ਪਰ ਜੇ ਗੁਲਾਮੀ ਗਲੋਂ ਲਾਉਣੀ ਹੈ ਅਤੇ ਨਿੱਤ ਪ੍ਰੋਗਰਾਮ ਮੰਗਦੇ ਹੈ, ਮੈਂ ਨਿੱਜੀ ਤੌਰ 'ਤੇ ਕਹਿ ਰਿਹਾ, ਪੰਥਕ ਪ੍ਰੋਗਰਾਮ ਤਾਂ ਪੰਥਕ ਲੀਡਰ ਦੇਣਗੇ, ਮੇਰੀ ਤਾਂ ਉਹ 'ਚ ਕੋਈ ਰਾਏ ਨਹੀਂ ਹੁੰਦੀ, ਪਰ ਤੁਹਾਨੂੰ ਬੇਨਤੀ ਕਰਾਂਗਾ
ਗੁਲਾਮੀ ਗਲੋਂ ਲਾਉਣੀ ਹੈ ਪਹਿਲਾਂ ਆਨੰਦਪੁਰ ਘਰੇ ਵੜ ਜਾਓ ਤੇ ਫਿਰ ਮੋਟਰਸਾਈਕਲ ਇੱਕ ਪਿੰਡ ਵਿੱਚ ਇੱਕ ਤੇ ਤਿੰਨ ਸਵਾਰ ਤੇ ਤਿੰਨ ਰਿਵਾਲਵਰ ਨਵੇਂ ਲਓ ਜਿਹੜਾ ਦਾ ਕੇਸ ਮੇਰੇ ਤੇ ਬਣੂ ਮੇਰੀ ਛਿੱਲ ਲਵੇ ਬੰਦ ਬੰਦ ਕੱਟਿਆ ਜਾਵੇ ਸਾੜਿਆ ਜਾਵਾਂ ਮੈਂ ਚੱਲੂੰਗਾ ਇੱਕ ਇੱਕ ਮੋਟਰਸਾਈਕਲ ਹਰ ਪਿੰਡ ਵਿੱਚ ਤੇ ਤਿੰਨ ਰਿਵਾਲਵਰ ਨਵੇਂ ਤੇ ਤਿੰਨ ਤਿੰਨ ਨੌਜਵਾਨ ਉਹ ਬੰਦੇ ਮਾਰਨ ਵਾਸਤੇ ਨਹੀਂ ਆਪਾਂ ਕਰਨੇ ਸਿੱਖ ਨੇ ਹਥਿਆਰ ਰੱਖ ਕੇ ਬੰਦਾ ਮਾਰਨਾ ਬਹੁਤ ਵੱਡਾ ਪਾਪ ਹੈ ਪਰ ਖਾਲਸਾ ਜੀ ਸਿੱਖ ਨੇ ਹਥਿਆਰ ਰੱਖ ਕੇ ਹੱਕ ਨਾ ਲੈਣਾ ਉਦੋਂ ਵੀ ਵੱਡਾ ਪਾਪ ਹੈ ਤੇ ਹੁਣ ਤੁਸੀਂ ਸੋਚਾਂ ਵਰਤਣੇ ਕਿਵੇਂ ਹੈ ਗੁਲਾਮੀ ਗਲੋਂ ਲਾਉਣੀ ਹੈ ਤੇ ਰਸਤਾ ਅਖਤਿਆਰ ਕਰਨਾ ਪੈਣਾ ਚਾਹੇ ਅੱਜ ਕਰ ਲਿਓ ਚਾਹੇ ਫੇਰ ਕਰ ਲਿਓ ਪਰ ਇਹ ਨਹੀਂ ਵੀ ਲੈ ਕੇ ਮੋਟਰਸਾਈਕਲ ਤੇ ਰੇਹੜੀ ਵਾਲਾ ਤੇ ਰਿਕਸ਼ੇ ਵਾਲਾ ਰੋੜ ਦਿਓ ਜਾਂ ਕਦੀ ਦੁਕਾਨ ਲੁੱਟ ਲਵੋ ਜਾਂ ਕਦੀ ਹੋਰ ਕੋਈ ਚੋਰੀ ਕਰ ਲਵੋ ਇਹ ਸਿੱਖੀ ਦਾ ਅਸੂਲ ਨਹੀਂ ਕਈ ਕਹਿੰਦੇ ਪ੍ਰੋਗਰਾਮ ਕੋਈ ਕਰੜਾ ਜਿਹਾ ਦਿਓ ਮੈਂ ਪ੍ਰੋਗਰਾਮ ਤੁਹਾਨੂੰ ਦਿਨਾਂ ਤੇ ਲੈ ਜਾਓ ਤੇ ਜਿਹੜਾ ਪੂਰਾ ਕਰਕੇ ਉਹ ਮੈਂ ਛਾਤੀ ਨਾਲ ਲਾਊਂਗਾ ਉਹਨੂੰ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥਾਂ ਦੇ ਸਰੂਪ ਨੂੰ ਅੱਗ ਲਾਈ ਹੈ ਜਿਨ੍ਹਾਂ ਨੇ ਸਾਡੀਆਂ ਧੀਆਂ ਨੰਗੀਆਂ ਕਰਕੇ ਬਾਜ਼ਾਰਾਂ ਤੇ ਪਿੰਡਾਂ 'ਚ ਤੋਰਿਆ ਜਿਨ੍ਹਾਂ ਨੇ ਕੁਲਵੰਤ ਸਿੰਘ ਨਾਗੋਕਿਆਂਵਾਲ ਦੇ ਢਿੱਡ ਵਿੱਚ ਦੀ ਸਿੱਖਾਂ ਲੋਹੇ ਦੀਆਂ ਤੱਤੀਆਂ ਕਰਕੇ ਸਾੜਿਆ ਜਿਹੜਾ ਉਹਨਾਂ ਸ਼ਹੀਦਾਂ ਦਾ ਹੱਕ ਲੈ ਕੇ ਉੱਥੋਂ ਨਿਕਲਣਾ ਤੁਹਾਡਾ ਕੰਮ ਇੱਥੇ ਸੰਭਾਲਣਾ ਮੇਰਾ ਕੰਮ ਲੈ ਪ੍ਰੋਗਰਾਮ ਸੰਭਾਲ ਲਿਓ ਇਹ ਪ੍ਰੋਗਰਾਮ ਬੁੱਧੀਜੀਵੀਆਂ ਦੀ ਮੀਟਿੰਗ ਵਿੱਚ ਵੀ ਦਿੱਤਾ ਸੀ ਤੇ ਤੁਹਾਡੇ ਵਿੱਚ ਵੀ ਦੇ ਦਿੱਤਾ ਹੁਣ ਜਿਹੜਾ ਸੱਜਣ ਨੇ ਨਵਾਂ ਪ੍ਰੋਗਰਾਮ ਮੇਰੇ ਕੋਲੋਂ ਪੁੱਛਣਾ ਉਹ ਇਹ ਕੰਮ ਕਰਕੇ ਆ ਕੇ ਪੁੱਛਿਓ ਤੇ ਜਿਹੜਾ ਪੰਥਕ ਪ੍ਰੋਗਰਾਮ ਆਪਣਾ ਸਾਰਿਆਂ ਦਾ ਸਾਂਝਾ ਹੈ ਉਹ ਜਦੋਂ ਪੰਥਕ ਲੀਡਰ ਬੈਠ ਕੇ ਆਪਣੀ ਵਿਚਾਰ ਕਿਤੇ ਕਰਨਗੇ ਉਦੋਂ ਤੁਹਾਨੂੰ ਦੱਸ ਦੇਣਗੇ ਜਦੋਂ ਤਾਂ ਇੱਕ ਤਾਂ ਇਕੱਠੇ ਨਹੀਂ ਹੁੰਦੇ ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਖੜੋਂਦੇ ਨਹੀਂ ਗੁਰੂ ਗ੍ਰੰਥ ਸਾਹਿਬ 'ਤੇ ਅਡੋਲ ਨੇਚਾ ਨਹੀਂ ਹੁੰਦਾ ਤਦੋਂ ਤੱਕ ਖਾਲਸਾ ਦੀ ਕੁੱਟ ਜ਼ਰੂਰ ਪਵੇਗੀ ਅੰਦੌਰ ਦੀਆਂ ਤੁਸੀਂ ਫੋਟੋ ਨਹੀਂ ਵੇਖਣੀਆਂ ਇੱਕ ਅਖਬਾਰ 'ਤੇ ਥੋੜ੍ਹੀਆਂ ਜਿਹੀਆਂ ਵੇਖਣੀਆਂ ਟੈਲੀਵਿਜ਼ਨ 'ਤੇ ਸ਼ਾਇਦ ਮੈਨੂੰ ਪਤਾ ਲੀਡਰਾਂ ਨੂੰ ਵੀ ਦੇ ਗਏ ਪਰ ਕੇ ਤਾਂ ਮੈਨੂੰ ਵੀ ਦੇ ਗਏ ਹੈ ਉਹਦੇ ਵਿੱਚ ਇੰਨੀ ਦੁਰਦਸ਼ਾ ਕੀਤੀ ਹੈ ਸਿੱਖਾਂ ਨੂੰ ਜੁੰਡਿਆਂ ਤੋਂ ਕੇਸਾਂ ਤੋਂ ਫੜ ਫੜ ਥੱਲੇ ਸੁੱਟਿਆ ਮਾਫ਼ੀ ਦੇ ਦਿਓ ਜੁੰਡੇ ਖੇ ਮਿੱਥੋਂ ਨਿਕਲਿਆ ਕੇਸਾਂ ਨੂੰ ਕੇਸਾਂ ਤੋਂ ਫੜ ਫੜ ਥੱਲੇ ਸੁੱਟਿਆ ਅੰਮ੍ਰਿਤਧਾਰੀਆਂ ਨੂੰ ਅਤੇ ਕਈ ਗੱਲਾਂ ਸਟੇਜ 'ਤੇ ਦੱਸਣ ਵਾਲੀਆਂ ਨੇ ਜਿਹੜੇ ਉੱਥੇ ਕੁਕਰਮ ਉਹਨਾਂ ਨੇ ਸਿੱਖਾਂ ਨੇ ਕੀਤੇ ਹੈ ਅਤੇ ਮੈਂ ਬੇਨਤੀ ਕਰਾਂਗਾ ਜਿੱਥੇ ਏਕਤਾ ਦੀਆਂ ਗੱਲਾਂ ਉਹ ਵੀ ਰੱਖੋ ਜਿਹੜਾ ਪ੍ਰੋਗਰਾਮ ਆਪਾਂ ਨੂੰ ਪੰਥਕ ਸਮੁੱਚੇ ਤੌਰ 'ਤੇ ਉਹਦੇ 'ਤੇ ਵੀ ਚੱਲੋ ਪਰ ਜੇ ਗੁਲਾਮੀ ਗਲੋਂ ਲਾਉਣੀ ਹੈ ਇਹ ਪ੍ਰੋਗਰਾਮ ਨੂੰ ਪੂਰੇ ਨਿਭਾਓ ਚੜ੍ਹਦੀ ਕਲਾ ਵਿੱਚ ਰਹੋ ਅਤੇ ਇੱਕ ਜਿਹੜਾ ਸਭ ਤੋਂ ਪਹਿਲਾਂ ਬੋਲਣ ਦੇ ਟਾਈਮ 'ਤੇ ਆਪਣੇ ਭੁੱਲਰ ਸਾਹਿਬ ਨੇ ਇੱਕ ਗੱਲ ਕਹੀ ਸੀ ਆ ਹਿੰਦੀ ਪੰਜਾਬੀ ਬਾਰੇ ਮੈਂ ਵੀ ਬੇਨਤੀ ਕਰਾਂਗਾ ਮੈਂ ਬਾਹਰਲੇ ਸੂਬੇ ਜਾਂਦਾ ਰਿਹਾ ਹੁਣ 14 ਕੁ ਮਹੀਨੇ ਵੀ ਨਹੀਂ ਜਾਇਆ ਗਿਆ ਹਰ ਬੋਲਣ 'ਤੇ ਅੰਗਰੇਜ਼ੀ ਹਿੰਦੀ ਅਤੇ ਉਰਦੂ ਲਿਖਿਆ ਮਿਲੂ ਪੰਜਾਬੀ ਕਿਤੇ ਨਹੀਂ ਪਰ ਇੱਥੇ ਪੰਜਾਬੀ ਲਿਖੀ ਤਾਂ ਸਭ ਤੋਂ ਥੱਲੇ ਲਿਖੀ ਹੋ ਇਹ ਕੰਮ ਕਰਨਾ ਵੀ ਤੁਹਾਡਾ ਕੰਮ ਆ ਨੌਜਵਾਨਾਂ ਦਾ ਮੇਰੀ ਤਾਂ ਬੇਵਸੀ ਅਤੇ ਮਜਬੂਰੀ ਦੇ ਕਾਰਨ ਮੈਂ ਇੱਥੇ ਬੈਠਾ ਸਮਾਂ ਆ ਗਿਆ ਬਾਹਰ ਵਿੱਚ ਰਿਹਾ ਤੁਹਾਡੇ ਵਿੱਚ ਜ਼ਿੰਦਗੀ ਨੇ ਇਜਾਜ਼ਤ ਦਿੱਤੀ ਅਤੇ ਤੁਹਾਡੇ ਜੋੜੇ ਝਾੜਨ ਦਾ ਟਾਈਮ ਮਿਲਿਆ ਅਤੇ ਉਦੋਂ ਜਿਹੜੇ ਮਹਿੰਦੀ ਸੇਵਾ ਲਾਉਣੀ ਹੈ ਲਾ ਦਿਓ ਮੈਂ ਹੁਣ ਤੁਹਾਨੂੰ ਬੇਨਤੀ ਕਰ ਦਿੱਤੀ ਹੈ ਇੱਕ ਆ ਚਰਚਾ ਨਵੀਂ ਜੀ ਚੱਲੀ ਸੀ ਇਹ ਕਹਿ ਕੇ ਸਮਾਪਤ ਕਰ ਦਿੰਦਾ ਕਹਿੰਦੇ ਜੀ ਇੱਕ ਭਿੰਡਰਾਂ ਵਾਲੇ ਨੇ ਸਟੇਜਾਂ 'ਤੇ ਖੜੋ ਕੇ ਕਈ ਵਾਰਾਂ ਕਿਹਾ ਅਤੇ ਝੂਠ ਬੋਲੀ ਜਾਂਦਾ ਹੈ ਵੀ ਜਿਨ੍ਹਾਂ ਨੇ ਗੁਰਬਚਨ ਨੂੰ ਗੱਡੀ ਚਾੜਿਆ ਅਤੇ ਉਹਨਾਂ ਨੂੰ ਸੋਨੇ ਨਾਲ ਤੋਲੂੰਗਾ ਮੈਂ ਅੱਜ ਵੀ ਕਹਿੰਦਾ ਵੀ ਤੋਲੂੰਗਾ ਪਰ ਤੋਲੂੰਗਾ ਕਦੋਂ ਜਦੋਂ ਬਰੀ ਹੋ ਗਏ ਅਤੇ ਜੇ ਕੋਈ ਮਾਜ ਦਾ ਲਾਲ ਕਹਿੰਦਾ ਵੀ ਨਹੀਂ ਛੇਤੀ ਤੋਲਣੇ ਚਾਹੀਦੇ ਹੈ ਅਤੇ ਉਹ ਜਿੱਥੇ ਉਹਨਾਂ ਕੋਲ ਹੈਗਾ ਉਹ ਲੈ ਆਉਣ ਤਾਂ ਮੈਂ ਆਪਣੇ ਪਿਓ ਦਾ ਪੁੱਤ ਨਹੀਂ ਹੋਊਂ ਜੇ 7 ਦਿਨਾਂ ਦੇ ਵਿੱਚ ਉਹਨੂੰ ਸੋਨੇ ਨਾਲ ਨਾ ਤੋਲਾਂ ਮੈਨੂੰ ਮੇਰੇ ਪਿਤਾ ਦਾ ਪੁੱਤਰ ਨਾ ਗਿਣਿਓ ਰਲਵਾਂ ਮਿਲ ਮਜ਼ਾ ਗਿਣ ਲਿਓ ਪਰ ਕੁਝ ਸਮੇਂ ਹੁੰਦੇ ਹੈ ਮਜਬੂਰੀਆਂ ਹੁੰਦੀਆਂ ਮੈਨੂੰ ਪੁੱਛਿਆ ਸੀ ਪੁਲਿਸ ਵਾਲੇ ਨੇ ਇੱਥੇ ਨਹੀਂ ਕਹਿ ਰਿਹਾ ਸਟੇਜ 'ਤੇ ਹੁਣ ਕਦੋਂ ਆਕੜੀ ਜਾਂਦਾ ਪੁਲਿਸ ਹਿਰਾਸਤ ਵਿੱਚ ਵੀ ਇਹ ਕਿਹਾ ਸੀ ਮੈਨੂੰ ਪੁੱਛਿਆ ਸੀ ਤੇਰੇ ਕੋਲ ਸੋਨਾ ਹੈਗਾ ਜਿਹਦੇ ਨਾਲ ਤੂੰ ਤੋਲਣਾ ਰਣਜੀਤ ਸਿੰਘ ਤੇ ਕਾਬਿਲ ਸੀ ਉਹਨੂੰ ਮੈਂ ਤੁਹਾਡੇ ਕੋਲ ਰਣਜੀਤ ਸਿੰਘ ਹੈਗਾ ਤੁਸੀਂ ਰਣਜੀਤ ਸਿੰਘ ਦੇ ਦਿਓ ਮੈਂ ਸੋਨਾ ਦੇ ਦਿੰਦਾ ਕਹਿੰਦੇ ਸੋਨਾ ਕਿੱਥੋਂ ਲਿਆਵੇਂਗਾ ਮੈਂ ਜਿੱਥੋਂ ਤੁਸੀਂ ਰਣਜੀਤ ਸਿੰਘ ਨੂੰ ਲਿਆਓਗੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਕਮਾਉਣੀਆਂ ਬਹੁਤ ਔਖੀਆਂ ਹੁੰਦੀਆਂ
ਮੈਂ ਨੌਜਵਾਨਾਂ ਤੁਹਾਡਾ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਕਰਦਾ, ਰਾਤੀ ਤੁਸੀਂ ਟਾਈਮ ਮੰਗਿਆ ਸੀ, ਪਹਿਲੇ ਬੁਲਾਰਿਆਂ ਨੇ ਵੀ ਕਿਹਾ, ਮੈਂ ਵੀ ਹੱਥ ਜੋੜ ਕੇ ਬੇਨਤੀ ਕਰਦਾ, ਜਦੋਂ ਤੱਕ ਆਪਣੇ ਘਰੇ ਨਾ ਵੜੇ, ਗਾਤਰੇ ਕਿਰਪਾਨ ਤੇ ਤੇੜ ਕਸ਼ਹਿਰਾ ਤੇ ਰਸਣਾ ਤੇ ਗੁਰਬਾਣੀ ਤੇ ਹੱਥ ਵਿੱਚ ਖੰਡਾ ਨਾ ਹੋਇਆ, ਤਦੋਂ ਤੱਕ ਆਪਣੇ 'ਤੇ ਕੁੱਟ ਪੈਣੀ ਹੈ। ਇਹ ਮਰਜ਼ੀ ਹੁਣ ਤੁਹਾਡੀ ਹੈ ਵੀ ਕੁੱਟ ਤੋਂ ਆਪਾਂ ਸਵੇਰੇ ਬਚਣਾ ਕਿ ਜਾਂ ਸਾਲ 6 ਮਹੀਨੇ ਕੁੱਟ ਖਾ ਕੇ ਫਿਰ ਸਿੱਧੇ ਰਸਤੇ ਪੈਣਾ। ਇਹ ਫੈਸਲਾ ਤੁਹਾਡੇ ਹੱਥ ਵਿੱਚ ਹੈ। ਮੈਂ ਆਪਣੇ ਵੱਲੋਂ ਜੋ ਫੈਡਰੇਸ਼ਨ ਦੀ ਅੱਜ ਚੋਣ ਹੋਈ ਹੈ ਇਹਦੇ ਬਾਰੇ ਇੱਕ ਪੰਕਤੀ ਪੜ੍ਹ ਦੇਵਾਂ, ਕਿਤੇ ਦਾ ਅਰਥ ਹੋਰ ਨਾ ਕੱਢ ਲਿਓ, ਪਰ ਮੇਰੇ ਨਾਲ ਬੀਤੀ ਕਰਕੇ ਮੈਂ ਤਾਂ ਕਹਾਂਗਾ, ਜਿਹਨੇ ਬੀਤੀ ਉਹਨੂੰ ਜ਼ਿਆਦਾ ਪਤਾ ਹੁੰਦਾ। ਫਰੀਦ ਜੀ ਨੇ ਬਚਨ ਕਹੇ ਹੈ, ਜਾਂ ਕੁਵਾਰੀ ਤਾਂ ਚਾਹੋ ਵੀ ਵਾਹੀ ਤਾਂ ਮਾਮਲੇ, ਫਰੀਦਾ ਇਹੋ ਪਛੋਤਾਓ ਵੱਤ ਕੁਵਾਰੀ ਨਾ ਥੀ ਹੈ। ਮੈਂ ਵੀ ਜਦੋਂ ਸੰਤਾਂ ਨੂੰ ਬਾਪੂ ਕਹਿੰਦਾ ਸੀ, ਮੌਜ ਕਰਦਾ ਟਰਾਂ ਮਾਰਦਾ ਸੀ, ਆਪਣਾ ਪੈ ਗਿਆ ਤਾਂ ਹੁਣ ਵੀ ਨਹੀਂ ਗਾ, ਪਰ ਇੰਨਾ ਵੀ ਟਿਕਣ ਨਹੀਂ ਦਿੰਦੇ ਦਿਨ ਰਾਤ। ਇਹ ਜ਼ਿੰਮੇਵਾਰੀ ਮੈਂ ਭਾਈ ਮਰੀਦ ਸਿੰਘ ਨੂੰ ਜ਼ਰੂਰ ਕਹਾਂਗਾ, ਸਤਿਗੁਰੂ ਦੀ ਹਜ਼ੂਰੀ ਵਿੱਚ ਤੈਨੂੰ ਪੰਥ ਨੇ ਨਵਾਜਿਆ, ਨੌਜਵਾਨਾਂ ਨੇ ਵਡਿਆਇਆ, ਸ਼ੱਕ ਮੈਨੂੰ ਅੱਗੇ ਹੀ ਕੋਈ ਨਹੀਂ, ਪਰ ਮੇਰੀ ਜ਼ਿੰਮੇਵਾਰੀ ਹੈ ਮਹਾਂਪੁਰਖਾਂ ਦੇ ਥਾਂ ਹੋਣ ਦੇ ਨਾਤੇ, ਜੇ ਇੱਥੇ ਜ਼ਿੰਮੇਵਾਰੀ ਇਹ ਚੁੱਕੀ ਹੈ ਤਾਂ ਫਿਰ ਇਹ ਤਾਂ ਜ਼ਰੂਰ ਹੋ ਜਾਵੇ, ਭਾਵੇਂ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿੱਧਕ ਨਾ ਜਾਵੇ, ਇਹਦੂ ਪਾਸੇ ਆਪਾਂ ਕਦੇ ਹੋਣਾ ਨਹੀਂ। ਅਤੇ ਨੌਜਵਾਨਾਂ ਜਿਹੜੇ ਤੁਸੀਂ ਰਾਤ ਆਏ ਤਾਂ ਮੈਨੂੰ ਮਿਲੇ ਹੈ, ਬਹੁਤ ਮਹੱਤਵਾਂ ਉਹਨਾਂ ਵਿੱਚੋਂ ਵੇਖਿਆ, ਉਹਨਾਂ ਦੀ ਇਹ ਹਾਲਤ ਬਣੀ ਆ ਜਿਹੜੇ ਆਮ ਲੋਕਾਂ ਤੋਂ ਸੁਣੀਦਾ, ਉਹ ਕਹਿੰਦੇ ਧਰਮ ਜਾਵੇ ਤਾਂ ਜਾਵੇ, ਦਾੜੀ ਸਾਡੇ ਮੂੰਹ 'ਤੇ ਨਾ ਆਵੇ। ਪਤਾ ਨਹੀਂ ਤੁਸੀਂ ਕਿਹਦੇ ਮੂੰਹ 'ਤੇ ਲਿਆਉਣੀ ਹੈ। ਮੈਂ ਬੇਨਤੀ ਕਰਦਾ ਹਾਂ, ਅੱਜ ਆਏ ਕੇਸ ਦਾੜਾ ਰੱਖ ਕੇ ਜਾਓ, ਸ਼ਰਾਬ ਛੱਡ ਕੇ ਜਾਓ, ਅੰਮ੍ਰਿਤ ਭਾਵੇਂ ਕੁਝ ਦਿਨ ਠਹਿਰ ਕੇ ਛੱਕ ਲਿਓ। ਇਹ ਨਾ ਸਮਝ ਲਓ ਰਿਆਇਤ ਕਰ ਦਿੱਤੀ ਹੈ, ਉਹ ਤਾਂ ਕੀਤੀ ਨਹੀਂ, ਪਹਿਲੀ ਵਾਰੀ ਆਏ ਤਾਂ ਮੁੜ ਕੇ ਕਿਤੇ ਨਾ ਹੋਵੇ ਉੱਥੇ ਮੱਲੋ ਮੱਲੀ ਕਿਰਪਾਨ ਪਾਉਂਦਾ। ਪਰ ਜੇ ਤੁਹਾਨੂੰ ਦਾੜੀ ਚੰਗੀ ਨਹੀਂ ਲੱਗਦੀ, ਇੱਥੇ ਅਰਦਾਸ ਕਰੋ, ਸੱਚੇ ਪਾਤਸ਼ਾਹ ਸਾਨੂੰ ਬੀਬੀਆਂ ਬਣਾ ਦੇ ਅਤੇ ਬੀਬੀਆਂ ਨੂੰ ਮਰਦ ਬਣਾ ਦੇ, ਵਟਾਂ ਬੁੜਾ ਕਰ ਲਓ, ਨਾ ਦਾੜੀ ਆਵੇ, ਨਾ ਹੀ ਛਿੱਤਰ ਅਤੇ ਪਛਣਾ ਘਸਾਗਰ ਤੁਹਾਡੇ ਮੂੰਹ 'ਤੇ ਮਲੇ, ਅਤੇ ਨਾ ਸਾਨੂੰ ਪ੍ਰਚਾਰਕਾਂ ਨੂੰ ਸਿਰਖਪਾਈ ਕਰਨੀ ਪਵੇ। ਇਹਦਾ ਫੈਸਲਾ ਤੁਸੀਂ ਕਰ ਲਓ, ਮਾਈਆਂ ਬਣਨਾ ਕਿ ਬੀਬੀਆਂ। ਸਮਾਪਤੀ ਵਿੱਚ ਮੈਂ ਫੈਡਰੇਸ਼ਨ ਨੂੰ ਵਧਾਈ ਦਿੰਦਾ ਹਾਂ ਅਤੇ ਮਹਿਤੇ ਵਾਲੇ ਸ਼ਹੀਦਾਂ ਨੂੰ ਅਤੇ ਉਹਨਾਂ ਗੁਰਮੁਖਾਂ ਦੀਆਂ ਰੂਹਾਂ ਬਾਰੇ ਸਤਿਗੁਰੂ ਦੇ ਚਰਨਾਂ 'ਚ ਬੇਨਤੀ ਅਤੇ ਤਹਿ ਦਿਲੋਂ ਸ਼ਰਧਾਂਜਲੀ ਭੇਟ ਕਰਦਾ। ਪਰ ਸੱਚੀ ਸ਼ਰਧਾਂਜਲੀ ਇਹ ਹੋਵੇਗੀ ਜਿਨ੍ਹਾਂ ਨੇ ਗੋਲੀਆਂ ਨਾਲ ਉਹਨਾਂ ਨੂੰ ਭੁੰਨਿਆ, ਉਹਨਾਂ ਨੂੰ ਜਿੱਦਾਂ ਗੱਡੀ ਚੜ੍ਹਾ ਕੇ ਸੁਰਖਰੂ ਹੋਵਾਂਗੇ, ਮੈਂ ਸਮਝੂਗਾ ਉਹਦੇ ਸਹੀ ਸ਼ਰਧਾਂਜਲੀ ਹੋਊ। ਬੋਲਦਿਆਂ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ਼ੀ ਬਖਸ਼ਿਓ। ਧਰਮ ਜੋ ਠਹਿਰ ਜਾਓ, ਭਾਈ ਸਿੰਘੋ ਠਹਿਰ ਜਾਓ, ਜਕਾਰਾ ਨਹੀਂ, ਧਰਮ ਯੁੱਧ ਮੋਰਚਾ ਜਿਹੜਾ ਚੱਲ ਰਿਹਾ ਇਹਦੇ 'ਚ ਢਿੱਲ ਨਹੀਂ ਕਿਸੇ ਪ੍ਰਕਾਰ ਦੀ ਆਉਣ ਦੇਣੀ, ਜਥੇ ਵੱਧ ਤੋਂ ਵੱਧ ਉਸੇ ਤਰ੍ਹਾਂ ਤੋਰੀ ਜਾਣੇ ਹੈ, ਗੁਰੂ ਨੂੰ ਪਾਵੇ ਚੜ੍ਹਦੀ ਕਲਾ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ।